हाय अस्सलाम वालेकुम नाज़रीन, प्रोग्राम जानी में मैं हूं सियासत और आप। अस्सलाम वालेकुम नाज़रीन, मैं हूं जानी और आप देख रहे हैं प्रोग्राम सियासत। सबसे पहले हेडलाइंस, और नाज़रीन जो हेडलाइंस देने वाले जो दो करेक्टर मैंने कह रहे हैं ना, अभी वो हैं ज़रा कच्चे कच्चे न्यूज़ एंकर हैं, न्यूज़ रिपोर्टर हैं, जो यानी कि खबरें पढ़ते हैं। अभी उनका ज़्यादा माइंड नहीं करना, अभी वो ज़रा थोड़े कच्चे हैं, ज़रा उनको हौसला अफजाई करनी है। इंशाल्लाह मैं उनको ऐसा ठीक करूँगा कि आप कहेंगे यार बस देखना ही है और कुछ देखना ही नहीं है। आओ ज़रा चेक करो। अस्सलाम वालेकुम नाज़रीन, ऑटोमेटिक न्यूज़ की तरफ से मैं हूं हमेरा और मैं हूं सुमेरा। जैसा कि आपको मालूम है कि 2018 का इलेक्शन इख्तिताम पज़ीर को हो चुका है, लेकिन हारने वाले कैंडिडेट अभी तक अपनी दांधली का रोना रो रहे हैं। जी नाज़रीन, अपने नुमाइंदा फैसल के पास चलते हैं और उनसे दांधली के मुतालिक पूछते हैं। जी फैसल, मैनू ये दस भी दांधली का इन्ना रौला पिया वा, की बनया वा इत्थे? मैं तुहानू सब तो पहले दसना सी कि वो अपनी खालदा नहीं सी। हाँ, ਉਹਦਾ ਬੇਟਾ ਫੌਤ ਹੋ ਗਿਆ। ਹਾਏ ਮੈਂ ਮਰ ਗਈ, ਕਸਮੇ ਬੜਾ ਦੁੱਖ ਹੋਇਆ ਮੈਨੂੰ। ਤਾਂ ਗੱਲ ਇਹ ਹੈ ਵੀ ਧਾਂਦਲੀ ਜਿਹੜੀ ਹੋਈ ਨਾ, ਹਾਂ ਹਾਂ, ਉਹ ਸਭ ਤੋਂ ਬਹੁਤਾ ਫਜ਼ਲੂ ਰਹਿਮਾਨ ਸਾਹਿਬ ਜਿਹੜੇ ਉਹ ਨਹੀਂ ਮੰਨਣ ਦੇ। ਹਾਏ ਲਾਵੇ, ਨਹੀਂ ਮੰਨਣ ਡਿਆ ਤੇ ਜੇ ਇਲੈਕਸ਼ਨ ਦੁਬਾਰਾ ਉਹ ਕਰਵਾਉਣੇ ਪੈ ਗਏ, ਤੈਨੂੰ ਪਤਾ ਕਿੰਨਾ ਖਰਚਾ ਗਲ ਪੈ ਜਾਣਾ ਵਾ। ਹੈਲੋ ਕੁੜੀ ਨੂੰ ਮਾਂ ਐਂਕਰ, ਮੈਂ ਤੈਨੂੰ ਦੱਸਦਾ ਪਿਆ ਵੀ ਫਜ਼ਲੂ ਰਹਿਮਾਨ ਸਾਹਿਬ ਕਹਿੰਦੇ ਇਲੈਕਸ਼ਨ ਸਾਰੇ ਦੁਬਾਰਾ ਕਰਾਓ। ਹਾਏ ਮੈਂ ਮਰ ਗਈ, ਵੀ ਦੁਬਾਰਾ ਕਿੱਦਾਂ ਆਊਗਾ? ਲੋਕ ਮੁਲਖਾਂ ਦੇ ਵਿੱਚੋਂ ਬਾਹਰੋਂ ਆਏ ਨੇ ਸਿਰਫ ਵੋਟ ਪਾਉਣ ਵਾਸਤੇ, ਤੇ ਉਹ ਦੁਬਾਰਾ ਫੇਰ ਕਿੱਦਾਂ ਆਉਣਗੇ? ਹੈ ਤੈਨੂੰ ਪਤਾ, ਸਾਡੇ ਇਹੀ ਰੌਲੇ ਨੇ ਅਸਗਰ। ਆਪਣਾ ਸੁਮੈਰਾ ਸ਼ਬਾਜ਼ ਸ਼ਰੀਫ ਸਾਹਿਬ ਵੀ ਕਹਿ ਰਹੇ ਆ ਵੀ ਧਾਂਦਲੀ ਦੁਬਾਰਾ ਕਰਾਓ, ਕਈ ਹਲਕੇ ਖਿਲਾ ਲਏ, ਕਈ ਬੰਦ ਕਰਾ ਲਏ, ਬਰਲ ਸਮਝ ਨਹੀਂ ਲੱਗਦੀ ਕੀ ਹੋਣਾ ਇਹਨਾਂ ਦਾ। ਹੁਣ ਇੰਨੇ ਰੌਲੇ ਦੇ ਨਾਲ ਉਹਨੇ ਸਿਰਫ ਟਾਸ ਕਰ ਲੈਣ, ਮੈਂ ਤਾਂ ਹੋਰ ਇਹ ਤੋਂ ਇਲਾਵਾ ਕੋਈ ਹੱਲ ਨਹੀਂ ਗਾ। ਕੌਮ ਦਾ ਇੰਨਾ ਸਰਮਾਇਆ ਸੀ ਖਰਾਬ ਪਹਿਲੇ ਹੀ ਕਰ ਦਿੱਤਾ ਵਾ। ਹਾਂਜੀ ਹਾਂਜੀ ਬਿਲਕੁਲ, ਮੈਂ ਰਾਤੀ ਇੱਥੇ ਮੁੰਡਾ ਹੋਇਆ ਸੀ ਗਲੀ ਦੀ ਨੁੱਕਰ ਤੇ, ਤੇ ਉੱਥੇ ਆਏ ਸੀ ਕਾਫੀ ਤੁਹਾਡੇ ਜੀ, ਤੇ ਮੈਂ ਲੱਭਦਾ ਰਿਹਾ ਸ਼ਾਇਦ, ਮੈਂ ਕਿਹਾ ਤੁਸੀਂ ਉੱਥੇ ਹੋਵੋ। ਹੋਰ ਕੀ ਸਭ ਕੰਮ ਠੀਕ ਠਾਕ ਆ? ਬਸ ਠੀਕ ਠਾਕ, ਤੂੰ ਸੁਣਾ ਵੇ, ਇੱਥੇ ਤੇਰਾ ਕਿਸੇ ਪੈਰ ਪੂਰ ਤਾਂ ਨਹੀਂ ਮਿੱਧਿਆ ਗਿਆ? ਕਿਵੇਂ ਕਾਹਤੋਂ ਮਿੱਧਿਆ? ਮੈਂ ਕਿਹੜਾ ਧਰਨੇ 'ਚ ਕਿਤੇ ਫਸਿਆ ਉਹ ਨਾਲ? ਹਾਂ ਮੈਂ ਨਾ, ਨਹੀਂ ਦੂਜੀ ਨਾਲ ਕੌਣ? ਹਾਂ ਦੋਵੇਂ ਜਣੀ ਅੱਜ, ਮੈਂ ਤੈਨੂੰ ਕਹਿ ਪਤਾ ਮੇਰੇ ਨਾਲ ਦੀ ਜਿਹੜੀ ਹੈ ਨਾ, ਉਹ ਤਬੀਅਤ ਉਹਦੀ ਠੀਕ ਨਹੀਂ, ਮੈਂ ਆਪਣੀ ਭੈਣ ਨੂੰ ਲੈ ਕੇ ਆਈ ਹਾਂ। ਖੁਦਾ ਦਾ ਨਾ, ਕਿਉਂ ਨਾਜ਼ਰੀਨ ਦਾ ਉਹ ਦਿਲ ਖੱਟਾ ਕਰਨ ਨਹੀਂ ਸਬਰ ਕਰਦਾ? ਜਰਾ ਮੈਨੂੰ ਨਾ ਥੋੜੀ ਜਿਹੀ ਸਕਿਨ ਪ੍ਰੋਬਲਮ ਹੋਈ ਆ, ਮੈਂ ਇਸ ਤੋਂ ਜਰਾ ਥੋੜਾ ਜਿਹਾ ਕੰਫਿਊਜ਼ ਹਾਂ। ਤੁਰ ਫਿਟੇ ਮੂੰਹ ਇਹਨੂੰ ਇਹਨੂੰ ਜਿਲਦ ਕਹਿਣ ਨੂੰ ਦਿਲ ਨਹੀਂ ਕਰਦਾ, ਤੂੰ ਸਕਿਨ ਕਹੀ ਜਾਂਦੀ ਹੈ, ਜਾਓ ਦਫਾ ਹੋਵੋ ਕਿਤੇ। ਆਸ਼ਾ ਕੁਲੇਲਾ ਨੇ ਆਪਣੇ 4 ਹਲਕੋਂ ਮੇ 3500 ਵੋਟ ਲਿਆ ਹੈ। ਬਾਜੀ 3538 ਆ। ਹਾਂ ਹਾਂ ਮੈਂ ਮਰ ਗਈ, ਮੈਨੂੰ ਨਾਲ ਨਾਲ ਦੱਸੀ ਜਾਇਆ ਕਰ। ਸੌਰੀ ਨਾਜ਼ਰੀਨ, 3538 ਵੋਟ 4 ਹਲਕੋਂ ਮੇ ਉਸਨੇ ਲਿਆ ਹੈ, ਤੋ ਯੇ ਵੀ ਦਾਂਦਲੀ ਕਰ ਰੋਨਾ ਰੋ ਰਹੀ ਹੈ। ਤੋ ਯੇ ਹਮਾਰਾ ਅਭੀ ਨੁਮਾਇੰਦਾ ਉਧਰ ਗਿਆ ਹੈ ਜ਼ੈਨ, ਹਮ ਉਸਸੇ ਬਾਤ ਕਰਨੇ ਕੀ ਕੋਸ਼ਿਸ਼ ਕਰਤੇ ਹੈਂ। ਜੀ ਜ਼ੈਨ, ਆ ਮੇਰੀ ਆਵਾਜ਼ ਸੁਣ ਰਹੇ ਹੈਂ? ਨਹੀਂ ਨਹੀਂ ਸੁਣ ਰਿਹਾ। ਹਾਏ ਲੈ ਜੀ, ਤੂੰ ਇੱਥੇ ਹੁੰਦਾ ਸੀ ਉਦੋਂ ਤਾਂ ਕਿੰਨੀ ਸੁਣਦਾ ਹੁੰਦਾ ਸੀਗਾ। ਵੀ ਇੰਜੀ ਕਰਦਾ ਵਾ, ਜਦੋਂ ਵੀ ਇਹਨੂੰ ਕੋਈ ਗੱਲ ਪੁੱਛ ਲਓ ਬੋਲਾ ਹੀ ਹੋ ਜਾਂਦਾ ਅੱਗੇ। ਹੈਲੋ ਜ਼ੈਨ। ਹਾਂਜੀ ਹਾਂਜੀ, ਕੀ ਆ? ਅਰੇ ਦੇਖ ਮੇਰੇ ਤੈਨੂੰ ਬੁਲਾਉਣ ਡਈ ਭੈਣ। ਹਾਂਜੀ ਜ਼ੈਨ, ਤੂੰ ਆਸ਼ਾ ਗੁਲਾ ਲਾਜ ਦੇ ਇਲਾਕੇ ਦੇ ਵਿੱਚ ਫਿਰਨ ਡਿਆ ਵਾ, ਮੈਨੂੰ ਇਹ ਦੱਸ ਵੀ ਇਹਨੇ। ਇਹ ਕਿੰਨੇ ਕਿਹਾ ਤੁਹਾਨੂੰ? ਹਾਏ ਲਾ, ਤੂੰ ਆਪੀ ਤਾਂ ਮੈਨੂੰ ਕਿਹਾ ਸੀਗਾ। ਉਹ ਖੁਦਾ ਦਾ ਨਾ, ਮੈਂ ਤੇ ਇਧਰ ਆਇਆ, ਮੇਰੇ ਸਾਲੇ ਨੂੰ ਸੱਟ ਲੱਗ ਗਈ ਯਾਰ, ਉਸ ਪਾਸੇ ਆਇਆ ਮੈਂ। ਉਹ ਤਾਂ ਆਪਣੇ ਸਾਲੇ ਨੂੰ ਸੱਟ ਲਵਾਈ ਪਿਆ ਵਾ ਯਾਰ, ਉਹਦੀ ਗੋਡੇ ਦੇ ਕੋਲੋਂ ਸਟਪਣੀ ਟੁੱਟ ਗਈ ਵਿਚਾਰੇ ਦੀ। ਉੱਥੇ ਨਹੀਂ ਸੀ ਤੂੰ ਜਾਣਾ ਚਾਹੋ ਹਲਕਿਆਂ ਦਾ ਪਤਾ ਕਰਨ ਵਾਸਤੇ? ਭਾਜੀ ਮੈਂ ਬੁੱਢੀ ਕੋਲੋਂ ਜੁੱਤੀਆਂ ਖਾਣੀਆਂ ਸੀ, ਨਾ ਜਾ ਕੇ ਮੈਂ ਖਬਰਾਂ ਬਾਅਦ ਚ ਦੇ ਦਿੰਦਾ। ਹਾਏ ਵੀ ਉਹਨੂੰ ਵੀ ਨਾਲ ਲੈ ਜਾਂਦਾ, ਬਹੁਤੀ ਤਬੀਅਤ ਖਰਾਬ ਆ ਉਹਦੀ। ਉਹ ਯਾਰ ਕੱਲੀ ਆਇਆ ਕਰਾਂ, ਨਾਲ ਕੀ ਲੈ ਆਉਂ? ਨੀਲਾ ਦੱਸ ਮੂੰਹ ਵੇਖੋ ਦਾ, ਤੇਰੀ ਵਜ੍ਹਾ ਨਾਲ ਬਾਥੂ ਦੀ ਇਹ ਗੁੱਟੀ ਹੈ, ਮੈਂ ਤੇਰੀ ਵਜ੍ਹਾ ਨਾਲ ਜ਼ਲੀਲ ਹੁੰਨੀ। ਕਸਮੇ ਨਿਊਜ਼ ਦੇਣ ਨੂੰ ਦਿਲ ਨਹੀਂ ਕਰਦਾ। ਲਓ ਆ ਤੂੰ ਉਹ ਆਪਣੇ ਲਾਗੇ ਭਾਈ ਘਰ ਚ ਗਾਣੇ, ਓਏ ਇਹਨੂੰ ਬੰਦ ਕਰ। ਉਹ ਬੰਦ ਕਰ ਯਾਰ, ਮੈਂ ਤੇਰੀ ਚੰਡ ਮਾਰ ਨਹੀਂ ਤੇਰੇ। ਓ ਯਾਰ ਖੁਦਾ ਦਾ ਨਾ, ਤੁਸੀਂ ਕੌਣ ਲੋਕ ਹੋ ਯਾਰ? ਹਲੋ ਜ਼ੈਨ। ਓ ਜਾ ਯਾਰ, ਮੈਂ ਨਹੀਂ ਬੋਲਦਾ ਤੁਹਾਨੂੰ। ਵੇ ਜ਼ੈਨੂ ਕੀ ਆ? ਵੇ ਜ਼ੈਨੂ ਮੈਂ ਤੈਨੂੰ ਇਹ ਪੁੱਛਣ ਦੇ ਸੀ ਵੀ ਤੂੰ ਹੁਣ ਕਿੱਦਾਂ ਜਾਏਗਾ ਵੇ ਉਹਦੇ ਇਲਾਕੇ ਦੇ ਵਿੱਚ? ਮੈਂ ਤਾਂ ਲੋਕਾਂ ਨੂੰ ਦੱਸਣਾ ਵਾ ਵੀ ਉਹਦੇ ਆਸ਼ਾ ਗੁਲੇਲਾਈ ਦੇ ਇਲਾਕੇ ਦੇ ਵਿੱਚ ਕੀ ਹੋਇਆ ਵਾ। ਹੋਣਾ ਕੀ, ਉਹਨੇ 4 ਹਲਕਿਆਂ ਚੋਂ 3537338 ਵੋਟ ਲਏ ਸਿਰਫ। ਵੇ ਇੰਨੇ ਥੋੜੇ ਵੋਟ ਕਿਉਂ ਲਏ ਆ ਉਹਨੇ? ਹੈ ਉਹਦੇ ਪੋਲਿੰਗ ਸਟੇਸ਼ਨ ਦੇ ਨਾਲ ਮੁਰਗੀਆਂ ਦੇ ਪਰ ਇਕੱਠੇ ਕਰਨ ਵਾਲੀ ਗੱਡੀ ਖਿਲਾਰਤੀ ਕਿਸੇ ਨੇ, ਉਧਰ ਨੂੰ ਗਿਆ ਹੀ ਕੋਈ ਨਹੀਂ। ਹਾਏ ਲਾਵ, ਦੱਸ ਵਿਚਾਰੀ ਨਾ ਕੀ ਹੋਇਆ ਨਹੀਂ ਉਹਦੇ? ਉਹਦਾ ਤਾਂ ਬੜਾ ਮੀਡੀਆ ਤੇ ਸੋਸ਼ਲ ਮੀਡੀਆ ਤੇ ਬੜੀ ਉਹਦੀ ਤਾਂ ਖਾਪ ਆਹੋ। ਇਹਦੇ ਨਾਲ ਹੋਣੀ ਇਦਾਂ ਸੀ, ਕਹਿੰਦੀ ਸੀ ਇਮਰਾਨ ਖਾਨ ਨੇ ਮੈਨੂੰ ਗੰਦੇ ਗੰਦੇ ਮੈਸੇਜ ਭੇਜੇ ਤੇ ਨਿਭਾਏ ਵੀ ਨਹੀਂ। ਹਾਏ ਲੇਕਿਨ ਪੁਕਾਰਦੇ ਨੂੰ ਕੀ ਆ? ਤੈਨੂੰ ਪੜ੍ਹਨੇ ਆਉਂਦੇ ਹੋਣਗੇ, ਉਹਦੇ ਵਾਸਤੇ ਪਰੇਸ਼ਾਨੀ ਆ ਵੀ ਤੂੰ ਨਾ ਪੜ ਤੂੰ ਡਿਲੀਟ ਕਰੀ ਜਾ। ਦੱਸ ਹੁਣ ਸੀਟ ਤੋਂ ਵੀ ਜਾਂਦੀ ਰਹੀ ਆ ਵੀ ਤੂੰ ਬਲੌਕ ਕਰਦੇ ਉਹਨੂੰ, ਵੈਸੇ ਉਹਦੇ ਨਾਲ ਲੱਗੀ ਰਹਿ ਵੇ ਨਾ, ਅੱਜ ਬਜ਼ਾਰਤ ਮਿਲ ਜਾਣੀ ਸੀ ਕੋਈ ਨਾ ਕੋਈ। ਨਹੀਂ ਵਾਕੇ ਪੀਟੀਆਈ ਤੇ ਜਿੱਧਰ ਵੀ ਗਏ ਉਹਦਾ ਬੱਲਾ ਬਹੁਤ ਚੱਲਿਆ ਵਾ। ਜਰਾ ਮੈਨੂੰ ਤਫਸੀਲ ਦੱਸੀ, ਇਹਦੀ ਉਹ ਨਹੀਂ ਕੁੜੀ ਜਿਹੜੇ ਇਹਨੇ ਕਿਤਾਬ ਵੀ ਲਿਖੀ ਸੀ? ਲੈ ਉਹ ਮੁਸ਼ਤਾਕ ਆ, ਕਿਹਨੂੰ ਲਿਆ ਯਾਰ ਨਾਲ ਤੂੰ? ਇਹ ਮੇਰੀ ਭੈਣ ਆ, ਮੈਂ ਤੈਨੂੰ ਕੀ ਦੱਸਾਂ? ਮੈਂ ਆਪਣੀ ਜ਼ਬਾਨ ਬੰਦ ਰੱਖਿਆ ਕਰ ਜਿਹੜੀ ਤਾਂ ਇਹਨੂੰ ਤਾਂ ਬੰਦ ਕਰਦੇ ਨਹੀਂ।
ਆਪ ਤਾਂ ਤੂੰ ਥੱਕਣਾ ਨਾਲ ਮੈਨੂੰ ਵੀ ਥਕਾਈ ਜਾਂਦੀ ਬਾਜੀ ਰਿਪੋਰਟ ਤਾਂ ਦੇਣ ਨਹੀਂ ਡਿਆ ਮੈਂ ਇੰਜੋਏ ਵੀ ਨਾ ਕਰਾਂ ਹੁਣ ਰਿਪੋਰਟ ਉਹ ਤਾਂ ਆਪਣੇ ਸਾਲੇ ਦੇ ਦੁਆਲੇ ਹੋਇਆ ਉਹਨੇ ਸਾਨੂੰ ਕੀ ਰਿਪੋਰਟਾਂ ਦੇਣੀਆਂ ਵਾ ਤੇ ਚੁੱਪ ਕਰ ਮੈਂ ਕਿਸੇ ਹੋਰ ਨਾਲ ਅਖਤਰ ਨਾਲ ਗੱਲ ਕਰ ਲਾ ਨਹੀਂ ਅਖਤਰ ਦਾ ਫੋਨ ਮਿਲਾ ਅਖਤਰ ਵਾਵਾ ਬੀਬਾ ਵਾ ਇਹਦੇ ਨਾਲੋਂ ਤੈਨੂੰ ਤਾਂ ਮੂੰਹ ਹੀ ਲਾਉਣ ਨੂੰ ਦਿਲ ਨਹੀਂ ਕਰਦਾ ਸਾਡੇ ਪੱਲੇ ਗੱਲ ਪਾਉਂਦਾ ਹਾਂ ਹੈਲੋ ਉਹ ਯਾਰ ਹੈਲੋ ਬਾਅਦ ਚ ਪਹਿਲੇ ਮੇਰੇ ਸਾਲੇ ਦੇ ਹੱਕ ਚ ਦੁਆ ਕਰਨੀ ਦੁਆਵਾਂ ਕਰਾਂਗੇ ਤੇਰੇ ਹੱਕ ਦੇ ਵਿੱਚ ਵੀ ਤੇ ਨਾਲ ਤੇਰੇ ਸਾਲੇ ਦੇ ਹੱਕ ਦੇ ਵਿੱਚ ਵੀ ਤੇ ਨਾਲ ਆਸ਼ਾ ਗੁੱਲੇ ਲਾਈ ਦੇ ਹੱਕ ਚ ਵੀ ਮੇਰੇ ਹੱਕ ਚ ਕਿਉਂ ਤਿੰਨਾਂ ਦੀ ਤਾਂ ਤਬਾਹੀ ਲੱਥੀ ਪਈ ਆ बड़ा विचार पाउंडे तेरे टीवी चैनल बकवास बंद करो किसने भर्ती किया तुम्हें इस चैनल में मेरे में किसने भर्ती अपनी टैलेंट नाल आए हैं तुम्हें पता कि हुण साडे मुल्क ते मैरिट चलना है जेड़ा मैरिट ते होएगा ओही अगे आएगा इस तरह के बुरे चेहरे ये साथ वाली देखो अपनी जरा मैं ते अपनी पर्सनैलिटी बेस ते आई हां मेरी भैण जी थोड़ा टैलेंट ਇਹ ਤੇ ਚਾਰ ਇੰਚ ਦੀ ਕੰਧ ਜਿਹੜੀ ਉਹਦੇ ਤੇ ਵੀ ਡਾਂਸ ਕਰ ਲੈਂਦੀ ਹੈ ਕੋਈ ਕਰਕੇ ਦਿਖਾਵੇ ਤਾਂ ਮੈਂ ਕਰਤਾ ਹੂੰ ਤੁਹਾਡਾ ਇਲਾਜ ਕਰਤਾ ਹੂੰ जी नाजरीन नौशहरा में तीन बच्चों के बाप ने अपनी अहलिया को इतना मारा कि उसको पुलिस स्टेशन जाना पड़ गया। हेलो थत्थे हेलो थत्थे थत्थे तो आप किधर हैं थत्थे अदा दो मोते थे तला ले आपत लार पे मैं उन्होंने तेज दे बता क्या बना लड़ाई हो पई क्या लड़ाई हो पई थे लड़ाई हाँ मसला प्रॉब्लम अच्छा क्या मसला बना यहाँ हमें पता चला है कि एक औरत को बहुत मारा है उसके शौहर ने ਤੇਰੀ ਔਰਤ ਉੱਥੇ ਤਾਂ ਲੜਾਈ ਹੋ ਪਈ ਦੋ ਮੋਤਰੇ ਦਾ ਲੈ ਆਪਾਂ ਤੇ ਲੜ ਪੈਣਾ ਦੋਨਾਂ ਦੀ ਸੁਲਾ ਤਰਾ ਰਿਆ ਮੈਂ ਯਾਰ ਤੈਨੂੰ ਥਾਣੇ ਦੇ ਮਤਲਕਾ ਪੁੱਛਣ ਡਏ ਆ ਵੀ ਜਿਹੜਾ ਉਹ ਮਾਈਡ ਨੇ ਰਿਪੋਰਟ ਲਿਖਾਈ ਆ ਤੇ ਉਹਦੇ ਬੰਦੇ ਨੂੰ ਫੜ ਲਿਆ ਵਾ ਉਹ ਤਾਂ ਪਰਥੋਂ ਦੀ ਗੱਲ ਸੀ ਉਹ ਪਰਥੋਂ ਦੀ ਗੱਲ ਸੀ ਤੁਹਾਡਾ ਦਿਮਾਗ ਖਰਾਬ ਤੁਸੀਂ ਨਹੀਂ ਨਹੀਂ ਥੱਥੇ ਹਮੇ ਪਤਾ ਚੱਲਿਆ ਥਾ ਕਿ ਉਸਕੀ ਸੁਲਾ ਹੋ ਗਈ ਹੈ ਲੇਕਿਨ ਪੁਲਿਸ ਵਾਲੇ ਉਸੇ ਫਿਰ ਵੀ ਨਹੀਂ ਛੋੜ ਰਹੇ ਉਹ ਦਾਲ ਉਹਨਾਂ ਦੀ ਉਹ ਪਰਥੋਂ ਦੀ ਦਾਲ ਆ ਯਾਰ ਮੈਂ 30 ਦਵਾਂ ਤੁਹਾਨੂੰ ਦਾਲ ਲੇਕਿਨ ਸਾਨੂੰ ਕੁਝ ਕਹਿ 30 ਦਵਾਂ ਮੇਰੀਆਂ ਤੇ ਅੱਖਾਂ ਦੇ ਥੱਲੇ ਹਲਤੇ ਪੈ ਦੇ ਉਹ ਤੇਰੀ ਲੜਾਈ ਵਾਲਾ ਲੋਲਾ ਸੀ ਨਾ ਉਹ ਪਰਥੋਂ ਸੀ ਉਹ ਪਰਥੋਂ ਦੱਸਦੀ ਫਿਰ ਉਹਨਾਂ ਦੀ ਸੁਲਾ ਫਿਰ ਉੱਥੇ ਜਾ ਦੇ ਨਾ ਉਹਨਾਂ ਨੂੰ ਉਤਰਾ ਲਿਆ ਉਹਨਾਂ ਦਾ ਉਹ ਮੁੱਤ ਦਿਆ ਤਮ ਥਾਲਾ ਹੀ ਓਏ ਮੁੱਤ ਓਏ ਤੋਂ ਤੁਸੀਂ ਦੋਵੇਂ ਦਾ ਤੁਸੀਂ 30 ਧਾਤੇ ਭੇਜ ਤੇ ਉਹ ਮੁੱਤ ਦੀ ਗੱਲ ਬੰਦਾ ਪੁੱਤ ਤੁਸੀਂ 3 ਦਿਨ ਬਾਅਦ ਨਿਊਜ਼ ਲੈ ਤੇ ਆਦੇ ਤੁਸੀਂ ਤੈਨੂੰ ਪਤਾ ਵੀ ਜਦੋਂ ਧੁੱਪ ਚੜੀ ਹੁੰਦੀ ਉਦੋਂ ਵੀ ਬਿਜਲੀ ਪੈ ਜਾਂਦੀ ਕੱਟਾ ਲੱਗਦਾ ਮੈਨੂੰ ਉਂਤਰੇ ਨੇ ਏਦਾਂ ਮਾਰਿਆ ਉਹਦੇ ਲਾਸ਼ਾਂ ਪਈਆਂ ਹੋਈਆਂ ਤੈਨੂੰ ਸ਼ਾਇਦ ਤਾਂ ਹੈ ਵੀ ਪਠਾਨ ਤੇ ਪਾਉਂਦੇ ਵੀ ਪਿਸ਼ੌਰੀ ਚੱਪਲ ਆਨੇ ਉਹਨਾਂ ਦਾ ਠੁੱਡਾ ਹੀ ਬੜਾ ਮਸ਼ਹੂਰ ਆ ਲੇਕਿਨ ਸਾਨੂੰ ਲੇਟ ਪਤਾ ਲੱਗਿਆ ਨਾ ਮੈਂ ਤੈਨੂੰ ਪੱਥੋਂ ਦੀ ਤਾਲ ਕੱਲ ਮੈਂ ਵੇਹਲੀ ਨੀ ਸੀ ਮੈਂ ਮਸ਼ੀਨ ਲਾਉਣੀ ਸੀ ਸਾਰੇ ਕੱਪੜੇ ਘਰ ਦੇ ਧੋਣ ਵਾਲੀ ਸੀ ਮੈਨੂੰ ਉੱਥੇ 2-3 ਘੰਟੇ ਲੱਗ ਗਏ ਇਸ ਕਰਕੇ ਨਾ ਕੱਲ ਮੈਨੂੰ ਯਾਦ ਨੀ ਰਿਹਾ ਉਹ ਮੁੰਡਾ ਵੀ ਆਇਆ ਸੀ ਤੇ 200 ਰੁਪਇਆ ਮੈਨੂੰ ਫਸਾ ਦਿਆ ਤੈਨੂੰ ਉਹਨੂੰ ਦੇ ਦੇਣਾ ਤੁਸੀਂ ਤੇ 30,000 ਅੱਛਾ ਥੱਥੇ ਮੈਂ ਤੈਨੂੰ ਠਹਿਰ ਕੇ ਫੋਨ ਕਰਦੀ ਹਾਂ ਹੈਲੋ ਜੀ ਤੋ ਨਾਜ਼ਰੀਨ ਇਹ ਤਾਂ ਹਮਾਰਾ ਥੱਥਾ ਆਈ ਲਵ ਯੂ
हेलो हेलो एक मिनट तो पहले बंद कर दियो जी कौन एक मिनट तो पहले प्रोग्राम बंद कर दे हाय अल्लाह बाजी फिर मैनेजर मैं ने मैं तेनु दस्ता बंद कर दियो तू क्या भी सीखा क्या सब मेरा घर करता बंद कर दे प्रोग्राम एक मिनट तो पहले मैं दस्ता तेनु जी नाज़रीन अब हम आपसे इजाजत चाहेंगे क्योंकि हमने तमाम खबरें जो आपको सुना दी हैं लेकिन अगले प्रोग्राम के लिए हमें इजाजत दीजिए क्योंकि मैंने अभी जाना है अपनी बहन को पार्लर लेके जाना है इसलिए जा रहे हैं सारियां गल्लां तो मेरीयां इत्थे दसनियां सारी लीक आउट करी जानियां ऑन एयर जान रहे हैं पर जाके कर लेंगे अपनी जुबान बंद रखो इनमें और हमें कोई फर्क नहीं ये हमारे दोस्त हैं ये हमें सुनते हैं इनके हमने हम ये सारी बातें हम इनसे कर सकते हैं क्यों क्यों जी नाज़रीन ऐसे मतलब के मैं लब के लेके आया थोड़े वास्ते दो जी और वध तो वध सोने वध तो वध लिबास वध तो वध एक्शन और न्यूज़ भी ऐसी कि ऐसा ऐसा देखना इन्होंने झाका नहीं ना खुला क्योंकि गलिया महलिया ज़्यादातर खबर देंदे रहे ने इन्होंने कभी टीवी नहीं ना खबर दीतियाँ ये टीवी जो खबर देने लग पे ना तो थोड़ा जा झाका खुल गया तो फिर देखना आप इनका ये कैसे इनका झाका खुलता है नाज़रीन अच्छा नाज़रीन एक गल मैं धारणा करनी सी कि मैं एक वीडियो देख रहा सा कोई एक दो दिन पहले कि एक बंदे ने ना मतलब PTI का झंडा लपेट के एक कुत्ते थे छोटे जे छोटा जे बड़ा प्यारा जहा कुत्ता सी मासूम जहा उहदे ते लपेट के उन्हूं फैर मारे ने ते इन्ना मेरा दिल दुखे नाल रही मैं सोच रहा सा कि जिहड़े ये फैर मार रहे ने यह अशरफुल मखलूकात ने जिन्हां नूं मतलब अल्लाह ने उन्हूं कहा फरिश्तियां नूं कहा कि इन्हां नूं सजदा करो ये वो करैक्टर सी जिहड़े मार रहे सी गोलियां तुसीं हिसाब लाओ जरा कि दोवां चों कुत्ता कौन लग रहा सी तुहानूं तुसीं इहदा गौर करना कि वह मासूम लग रहा है जिहड़े मार रहे थे भी तू गुस्सा कढ़ना तू PTI के किसी बंदे नूं मार तेनूं दसे अगला एक मासूम दे उपर तू अपना गुस्सा कढ़न दिया निके जे दे उपर है तो जान जान ही हुंदी है मतलब कि शायद तेरे ज़हन च सी कि भी मेरी जान आ जान तो फिर जान ही है भावें इंसान की है तो भावें कुत्ते की तो कुत्ता मैं तेनूं गल दस्सां नाज़रीन कुत्ता जिहड़ा ना असीं एवें कह कह के ना इहनूं नैगेटिविटी दे विच लैण दा इस लफ्ज़ नूं बड़ा वफादार जानवर आ बिल्ली जिहड़ी बड़ी शातर हुंदी है बिल्ली नूं असीं बड़ा किड्डा लाडा मिठा जिहा समझदे आ घर भी पाल लैंदे आ अपने नाल भी सवा लें लेकिन यह मुनाफक जानवर आ बिल्ली मैं तुम दसा बिल्ली तुहाड़े घर वड़ जांदी बिल्ली तुहाड़े किचन च वड़ जांदी बिल्ली तुहाड़ा सालन खा जांदी बिल्ली बगैर दस्यो तुसीं उत्ते सुते हुंदे अपने लोग कल्ले कमरे च तुसीं आंदे कि मैं अकेला सोया हुआ हूँ वो थले बैड च सुती हुंदी तुहानूं पता ही नहीं हुंदा तुहानूं सवेर नूं पता लगदा कि ये कि असीं दो जने सुते सी समझ आ रही ते कुत्ता जिहड़ा यानी डॉग कुछ लोग चैनल के उपर ना लैन लगे भी टेंशन तो नहीं यार चैनल ते नहीं कुत्ता भी चैनल ते कोई जानवर आ जिद्दां बकरी मुर्गी मज गाई इस तरह ही कुत्ता एक कह कह के अजीब अच्छा वफा की निशानी है जिते वफा तो यार बड़ी कुत्ते वर्गी वफा यार इस बंदे दे विच यानी वफा की निशानी तो बिल्ली जो कहना बिल्ली वर्गा शातर है ये बिल्ली वर्गी तेज ही कुड़ी तो लेकिन अजीब देख लो गल लेकिन उस बंदे ने जिहड़ा मारिया मैनूं इन्ना कु दुख होया कि मैं तुहानूं दस नहीं सकदा कि यार की जाहलीयत आ की उहदा दिमाग की सी तुहानूं हिसाब लाओ तुसीं खैर नाल एक ब्रेक तो चलते हैं बहुत मैनूं गुस्सा चढ़िया सी अल्लाह ताला हदायत दे उन्होंने अल्लाह ताला उन्होंने समझन की तफीक दे उस बच्चे कि मैं की हाँ इंसान अल्लाह ने कहा मैं दुनिया से सब तो खूबसूरत बनाई अशरफुल मखलूकात जिन्निया मैं कायनात जानदार चीज़ा बनाइया ने जिन्निया लखा करोड़ा समुद्र च बार हवा च पहाड़ा च थले उत्ते उन्हें सब तो ज़्यादा अफजल तू हाँ जरा कुत्ते फैर मारन तू की कह हूँ मैं तेनों तेनों अल्लाह हदायत दे तेन समझ की तवीक दे भी तू है कौन आ पछाण अपने आप को तो अपन हरकत देख एक ब्रेक तो चलते ब्रेक तो बाद दोबारा आ वेलकम बैक नाज़रीन प्रोग्राम से दोबारा खुश आमदीद की गल मैं करनी सी याद ही भुल गया मैं हाँ नाज़रीन धांधली हो गई सारे बंदियां नाल धांधली हो गई जिहड़े जिहड़े हारे उन्हां नाल धांधली हो गई अजीब गल मैनूं समझ नहीं आ रही कि भी जिहड़ा जित जाए ठीक आ जिहड़ा हार जाए वह जी मेरे नाल धांधली हो गई यानी कि भी तू हरना नहीं यानी दो बंदे एक मुकाबला लड़ रहे आ ते दोवां दे ज़हन च आ भी मैं हरना नहीं बस मैं जितना वा बस मैं जितना वा जे मैं हार गया तो समझो फिर धांधली है जे धांधली नहीं तो फिर मैं जितना वा हार हूर वाला कोई चक्कर नहीं गा ये हिसाब होया पा पाकिस्तान दे विच मतलब देखें आप कि भी जो भी हरा है उसने कहा जी कि मेरे साथ धांधली हुई हालांकि धांधली का इस इलेक्शन में कोई चक्कर नहीं था लोगों ने देखा है मैंने खुद देखा है मतलब कोई ऐसा मुझे तो नहीं नज़र आया कि भी धांधली हुई हो या मैं तुम दसदा धांधली कितने हुई यकीन करो मेरी अम्मी वोट पाउण गई मैं हुण तुहानूं पछा नहीं सकदा नहीं तो मैं कैमरा उन्हां दे कोल लै जाणा सी तुहानूं मैं उन्हां दे मूँह सुणाउणा सी
ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਵੋਟ ਪਾਉਣ ਗਈ ਅਤੇ ਹੁਣ ਉਹਨਾਂ ਨਹੀਂ ਪਤਾ ਕਿ ਵੋਟ ਕਿਸ ਤਰ੍ਹਾਂ ਉਹ ਸਾਰਾ ਨਿਜ਼ਾਮ ਹੁੰਦਾ। ਸ਼ਬਾਸ਼ ਸ਼ਰੀਫ ਸਾਹਿਬ ਨੂੰ ਨਹੀਂ ਸੀ ਪਤਾ ਲੱਗਣ ਦਿਆ ਅਤੇ ਮੇਰੀ ਅੰਮੀ ਤਾਂ ਵਿਚਾਰੀ ਕਦੀ ਗਈ ਨਹੀਂ। ਚਲੋ ਜੀ ਉਹ ਜਨਾਬ ਵੋਟ ਪਾਉਣ ਗਈ, ਉਹਨਾਂ ਨੇ ਕਿਹਾ ਬੁੱਢੀਆਂ ਨੇ ਕਿ ਖਾਲਾ ਜੀ ਕਿਹਨੂੰ ਵੋਟ ਪਾਉਣਾ? ਅੰਮੀ ਕਹਿੰਦੀ ਮੈਂ ਧੀਏ ਬੱਲੇ 'ਤੇ ਮੋਹਰ ਲਾਉਣੀ ਹੈ। ਕਹਿੰਦੀ ਅੱਛਾ ਠੀਕ ਆ। ਅੰਮੀ ਕਹਿੰਦੀ ਇਹਨੂੰ ਕੀ ਕਰਨਾ? ਕਹਿੰਦੀ ਬਸ ਇੱਥੇ ਅੰਗੂਠਾ ਲਾ ਕੇ ਨਾ ਉਹਨਾਂ ਅੰਦਰ ਸਨੂਕੜੀ 'ਚ ਪਾਓ। ਉਹਨੂੰ ਦੱਸਿਆ ਹੀ ਨਹੀਂ ਕਿ ਉੱਥੇ ਬੱਲੇ 'ਤੇ ਇੱਕ ਮੋਹਰ ਪਈ ਹੋਏਗੀ, ਅੰਦਰ ਮੋਹਰ ਵੀ ਲਾਉਣੀ ਹੈ। ਅੰਮੀ ਮੇਰੀ ਸਾਦਾ ਹੀ ਵੋਟ ਪਾ ਕੇ ਆ ਗਈ, ਨਾ ਤਿੰਨਾਂ 'ਚੋਂ, ਨਾ 13 'ਚੋਂ, ਨਾ ਨੂਨ ਲੀਗ ਨੂੰ, ਨਾ ਬੱਲੇ ਨੂੰ। ਅਤੇ ਉੱਦਾਂ ਹੀ ਆ ਕੇ ਤਾਂ ਐਡੀ ਗਾਲ ਆ ਕੇ ਅੰਮੀ ਘਰ ਕੱਢਣ ਦੇ ਸੀ ਮੇਰੀ ਸਹੀ ਪੰਜਾਬੀ ਤਰੀਕੇ ਦੇ ਨਾਲ। ਅਤੇ ਖੈਰ ਚਲੋ ਨਾਦਰੀ ਧਾਂਦਲੀ ਅਤੇ ਜਿਹੜੀ ਵੀ ਹੋਈ ਛੱਡੋ। ਆਓ ਮੈਂ ਤੁਹਾਨੂੰ ਦਿਖਾਉਂਦਾ ਕਿ ਸ਼ਬਾਸ਼ਰੀ ਸਾਹਿਬ ਕਹਿ ਰਹੇ ਨੇ ਕਿ ਜੀ ਧਾਂਦਲੀ ਹੋਈ ਹੈ, ਅਤੇ ਸ਼ਬਾਸ਼ਰੀ ਸਾਹਿਬ ਹੋਰ ਬਹੁਤ ਕੁਛ ਕਹਿ ਰਹੇ ਨੇ, ਆਓ ਜ਼ਰਾ ਸੁਣਦੇ ਹਾਂ। ਸਬਸੇ ਪਹਿਲੇ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਇਲੈਕਸ਼ਨ ਮੈਂ ਧਾਂਦਲੀ ਹੋਈ ਹੈ, ਔਰ ਦੂਸਰੀ ਬਾਤ ਮੁਝ ਪੇ ਜੋ ਇਲਜ਼ਾਮ ਲਗਾਇਆ ਗਿਆ ਕਿ ਮੈਂ ਨਵਾਜ਼ ਸ਼ਰੀਫ ਸਾਹਿਬ ਕੇ ਜਬ ਏਅਰਪੋਰਟ ਆਏ ਹੈ ਤੋ ਮੈਂ ਵਹਾਂ ਪਰ ਜੋ ਆਪ ਪਹੁੰਚ ਨਹੀਂ ਸਕਾ, ਮੈਂ ਵੋ ਬਤਾਨਾ ਚਾਹਤਾ ਹੂੰ ਕਿ ਆਖਿਰ ਮੈਂ ਵੋ ਵਜ੍ਹਾ ਕਿਆ ਹੋਈ। ਇਨ ਸਭ ਦੋਸਤੋਂ ਕੋ ਪਤਾ ਹੈ ਕਿ ਜਬ ਹਮ ਗਾੜੀ ਮੈਂ ਆ ਰਹੇ ਥੇ ਮੈਂ ਔਰ ਹਮ ਇੱਕ ਜਗ੍ਹਾ ਪੇ ਪੈਂਚਰ ਲਗਵਾਨੇ ਕੇ ਲੀਏ ਰੁਕੇ, ਉਸ ਬੰਦੇ ਨੇ ਏਕ ਟਾਇਰ ਮੇ ਸੇ ਕੋਈ 38 ਪੈਂਚਰ ਨਿਕਾਲੇ ਔਰ ਉਸਕੋ ਲਗਾਨਾ ਸ਼ੁਰੂ ਕੀਆ। ਹਮਨੇ ਕਹਾ ਕਿ ਜਲਦੀ ਕਰ, ਉਸਨੇ ਕਹਾ ਜੀ ਕਿ 38 ਪੈਂਚਰ ਹੈ ਆਪਕੇ ਟਾਇਰ ਮੇ। ਵੋ ਪੈਂਚਰ ਲਗਵਾ ਕੇ ਹਮ ਚਲੇ ਤੋ ਦੂਸਰਾ ਟਾਇਰ ਜੋ ਹੈ ਵੋ ਵੀ ਪੈਂਚਰ ਹੋ ਗਿਆ, ਫਿਰ ਹਮ ਦੁਬਾਰਾ ਉਸਕੇ ਪਾਸ ਗਏ। ਕਸਮ ਸੇ 56 ਪੈਂਚਰ ਉਸ ਟਾਇਰ ਮੇ ਸੇ ਨਿਕਲੇ, ਹਮਨੇ ਵੋ ਸਾਰੇ ਲਗਵਾਏ। ਉਸਕੇ ਬਾਅਦ ਹਮ ਜਬ ਚਲੇ ਤੋ ਫਿਰ ਵੋ ਤੀਸਰਾ ਜੋ ਥਾ, ਤੀਸਰਾ ਟਾਇਰ ਵੋ ਵੀ ਪਟਾਕਾ ਮਾਰ ਗਿਆ, ਉਸਮੇ ਸੇ ਜੋ ਹੈ ਵੋ 47 ਪੈਂਚਰ ਨਿਕਲੇ, ਹਮਨੇ ਫਿਰ ਵੋ ਲਗਵਾਏ। ਫਿਰ ਜਬ ਚੌਥਾ ਜੋ ਟਾਇਰ ਥਾ ਮੈਨੇ ਕਹਾ ਯੇ ਵੀ ਪੈਂਚਰ ਹੋਗਾ, ਮੈਨੇ ਕਹਾ ਇਸਕੋ ਬਾਹਰ ਨਿਕਾਲੋ ਔਰ ਇਸਕੋ ਵੀ ਚੈੱਕ ਕਰੋ। ਜਬ ਉਸਨੇ ਚੈੱਕ ਕੀਆ ਤੋ ਉਸਮੇ ਵੀ ਕਾਫੀ ਪੈਂਚਰ ਜੋ ਥੇ, ਚਾਰੋ ਟਾਇਰ ਠੀਕ ਹੋਏ। ਹਮਨੇ ਗਾੜੀ ਚਲਾਈ ਤੋ ਯਕੀਨ ਕਰੇ ਕਿ ਗਾੜੀ ਮੈਂ ਜੋ ਹੈ ਵੋ ਹਮ ਕਾਫੀ ਲੇਟ ਹੋ ਚੁੱਕੇ ਥੇ ਉਸ ਵਕਤ। ਕਸਮ ਵਾਲੀ ਬਾਤ ਹੈ ਪੈਟਰੋਲ ਖਤਮ ਹੋ ਗਿਆ ਗਾੜੀ ਮੇਂ, ਹਮ ਪੈਟਰੋਲ ਪੰਪ ਰੁਕੇ, ਉਸ ਵਹਾਂ ਪੇ ਇਤਨਾ ਰਸ਼ ਥਾ, 124 ਬੰਦੋ ਕੇ ਬਾਅਦ ਹਮਾਰੀ ਬਾਰੀ ਆਈ। ਮੈਨੇ ਜਬ ਦੇਖਾ ਤੋ ਪੈਸੇ ਨਾ ਮੇਰੇ ਪਾਸ ਥੇ ਨਾ ਹਮਜ਼ਾ ਕੇ ਪਾਸ ਹੀ ਕੋਈ ਥੇ, ਹਮ ਬਟੂਏ ਘਰ ਭੂਲ ਆਏ ਥੇ। ਫਿਰ ਮੈਨੇ ਕਹਾ ਚਲੋ ਪਹਿਲੇ ਘਰ ਚਲਤੇ ਹੈ। ਜਬ ਹਮ ਘਰ ਗਏ ਮੁਝੇ ਉਸ ਵਕਤ ਕਾਫੀ ਜ਼ਿਆਦਾ ਵੋ ਆਪਣਾ ਭੂਖ ਲੱਗ ਗਈ ਥੀ, ਮੈਨੇ ਖਾਣਾ ਖਾਇਆ, ਸਿਰਫ ਖਾਣਾ ਖਾ ਕੇ ਹਮ ਫਿਰ ਨਿਕਲੇ ਤੋ ਪਤਾ ਚਲਾ ਮੀਆਂ ਸਾਹਿਬ ਅਡਿਆਲਾ ਪਹੁੰਚ ਗਏ। ਫਿਰ ਉਸਕੇ ਬਾਅਦ ਲੋਕੋ ਨੇ ਯੇ ਇਲਜ਼ਾਮ ਲਗਾ ਦਿਆ ਕਿ ਸ਼ਬਾਜ਼ ਸ਼ਰੀਫ ਸਾਹਿਬ ਜੋ ਹੈ ਯੇ ਨਹੀਂ ਪਹੁੰਚੇ, ਯੇ ਅਸਲ ਵਜ੍ਹਾ ਥੀ ਜਿਸ ਵਜ੍ਹਾ ਸੇ ਮੈਂ ਏਅਰਪੋਰਟ ਨਹੀਂ ਪਹੁੰਚ ਸਕਾ। ਅਬ ਆਪ ਜੋ ਹੈ ਧਾਂਦਲੀ ਕਾ ਸੁਣ ਲੇ, ਧਾਂਦਲੀ ਇਤਨੀ ਹੋਈ ਕਿ ਮੈਂ ਸੋਚ ਵੀ ਨਹੀਂ ਸਕਤਾ। ਇਤਨੇ ਪੁਲ, ਇਤਨੀ ਸੜਕਾਂ ਬਣਾਈ, ਇਤਨੇ ਲੋਕੋ ਕੋ ਲੈਪਟੋਪ ਮੈਨੇ ਦੀਏ, ਇਸਕੇ ਬਾਵਜੂਦ ਮੈਂ ਹਾਰ ਹੀ ਨਹੀਂ ਸਕਤਾ, ਕਭੀ ਜ਼ਿੰਦਗੀ ਮੈਂ ਹੋ ਹੀ ਨਹੀਂ ਸਕਤਾ। ਯੇ 2013 ਮੈਂ ਵੀ ਧਾਂਦਲੀ ਕਾਫੀ ਜ਼ਿਆਦਾ ਜੋ ਹੋਈ ਥੀ, ਲੇਕਿਨ ਅੱਲਾ ਕਾ ਸ਼ੁਕਰ ਹੈ ਉਸ ਧਾਂਦਲੀ ਕੀ ਵਜ੍ਹਾ ਸੇ ਕਰਵਾਣੇ ਕੀ ਵਜ੍ਹਾ ਸੇ ਹਮ ਜੀਤ ਗਏ ਥੇ। ਇਸ ਬਾਰ ਧਾਂਦਲੀ ਨਹੀਂ ਹੋਈ, ਇਸ ਲਈ ਹਮ ਜੋ ਹੈ ਵੋ ਹਾਰ ਗਏ। ਅੱਛਾ ਆਇਸ਼ਾ ਗੁਲਾਲਈ, ਆਇਸ਼ਾ ਗੁਲਾਲਈ ਸਾਹਿਬਾ ਜਿਹੜੀਆਂ ਨੇ ਉਹ 3400-3500 ਵੋਟ ਲਿਆ 4 ਹਲਕਿਆਂ 'ਚੋਂ, ਅਤੇ ਉਹ ਵੀ ਕਹਿ ਰਹੀਆਂ ਨੇ ਕਿ ਧਾਂਦਲੀ ਹੋਈ ਆ। ਉਹ ਇੰਨੇ ਥੋੜ੍ਹੇ ਵੋਟਾਂ ਦੇ ਤਾਂ ਧਾਂਦਲੀ ਹੋ ਨਹੀਂ ਸਕਦੀ, ਹੁੰਦੀ ਨਹੀਂ, ਇੰਨੇ ਕੁ ਵੋਟਾਂ ਦਾ ਤਾਂ ਧਾਂਦਲੀ ਨਾਲ ਤੱਲਕ ਹੀ ਕੋਈ ਨਹੀਂ। ਇਹ ਦੇ ਤਾਂ ਸੀ ਵੀ ਚੁੱਪ ਕਰਕੇ ਤੁਸੀਂ ਕੋਈ ਹੋਰ ਕੰਮ ਕਰ ਲਓ, ਕੋਈ ਸਿਲਾਈ ਕਢਾਈ ਸ਼ੁਰੂ ਕਰ ਲਓ, ਕੋਈ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿਓ। ਤੁਸੀਂ ਮਤਲਬ 3500-3500 ਵੋਟ ਲਿਆ 4 ਹਲਕਿਆਂ 'ਚੋਂ, 1500 ਵੋਟ ਪੈਂਦਾ ਇੱਕ ਹਲਕੇ ਨੂੰ, ਨਹੀਂ 1500 ਵੀ ਨਹੀਂ ਪੈਂਦਾ, ਮਤਲਬ ਕਹਿ ਲਓ 700-800, 8 × 32 900 ਵੋਟ ਇੱਕ ਹਲਕੇ ਦਾ, 900 ਵੋਟ ਅਤੇ ਇਹ ਧਾਂਦਲੀ ਹੋਈ। ਵੀ ਜੇ ਨਾ ਧਾਂਦਲੀ ਹੁੰਦੀ ਤਾਂ 950 ਹੋ ਜਾਣਾ ਸੀ, ਹੋਰ ਕੀ ਹੋਣਾ ਸੀ? ਵੀ ਨਾ ਇੱਕ ਮਿਸਾਲ ਧਾਂਦਲੀ ਵੀ ਹੋ ਗਈ ਅਤੇ ਨਾ ਹੁੰਦੀ ਤਾਂ 1000 ਹੋ ਜਾਣਾ ਸੀ, 2000 ਹੋ ਜਾਣਾ ਸੀ, ਫਿਰ ਕੀ ਹੋ ਜਾਣਾ ਸੀ? ਕੱਖ ਵੀ ਨਹੀਂ। ਲਿਆਦਾ ਸਮਝੋ ਬਾਹਰ ਆ ਵੀ ਕੀ ਇਹ ਕਰਨਾ ਚਾਹ ਰਹੇ ਨੇ। ਆਓ ਜ਼ਰਾ ਆਇਸ਼ਾ ਗੁਲਾ ਲਈ ਸਾਹਿਬਾਂ ਨੂੰ ਪੁੱਛਦੇ ਹਾਂ ਕਿ ਮਜ਼ੀਦ ਉਹ ਧਾਂਦਲੀ ਦੇ ਬਾਰੇ 'ਚ ਕੀ ਕਹਿਣਾ ਚਾਹ ਰਹੀਆਂ ਨੇ, ਕੀ ਸਾੜ ਫੱਕ ਰਹੀਆਂ ਨੇ, ਆਓ ਦੇਖਦੇ। ਲੋਕ ਕਹਿਤੇ ਹੈ ਕਤਰੇ ਕਤਰੇ ਸੇ ਦਰਿਆ ਬਨਤਾ ਹੈ, ਆਜ ਅਗਰ 3500 ਹੈ ਕੱਲ 35,000 ਵੀ ਹੋਣਗੇ, ਪਰਸੋਂ 35 ਲੱਖ। ਮੈਂ ਆਪਕੋ ਇੱਕ ਬਾਤ ਬਤਾਤੀ ਹੂੰ, ਅਗਰ 3500 ਲੋਕ ਜਿਨ੍ਹੋਂਨੇ ਮੁਝੇ ਵੋਟ ਡਾਲਾ ਹੈ, ਮੈਂ ਉਨਕੋ ਵਰਗਲਾ ਕੇ ਆਪਣੀ ਤਰਫ ਨਾ ਕਰਤੀ, ਉਹਨਾਂ ਨੇ ਇਮਰਾਨ ਖਾਨ ਕੋ ਡਾਲਨਾ ਥਾ। ਮੈਨੇ ਕੋਸ਼ਿਸ਼ ਕੀ ਜਿਤਨੇ ਉਸ ਭੂੰਡ ਕੇ ਵੋਟ ਮੈਂ ਤੋੜ ਸਕੂੰ ਮੈਨੇ ਤੋੜੇ ਹੈ। ਆਪਕੋ ਪਤਾ ਹੈ ਕਿ ਉਸਨੇ ਮੁਝੇ ਕਿਤਨੇ ਗੰਦੇ ਮੈਸੇਜ ਕੀਏ, ਇਤਨੇ ਜ਼ਿਆਦਾ ਗੰਦੇ ਮੈਸੇਜ ਦੇ ਕੇ ਯਕੀਨ ਕਰੇ, ਮੈਨੇ ਆਪਣਾ ਮੋਬਾਈਲ 3-4 ਮਰਤਬਾ ਜੋ ਹੈ ਵੋ ਸਰਵ ਕੇ ਸਾਥ ਹੋਇਆ। ਆਪ ਇਲੈਕਸ਼ਨ ਕੀ ਬਾਤ ਕਰੇ ਫਿਰ ਗੰਦੇ ਮੈਸੇਜ ਕੀ ਤਰਫ ਆ ਗਈ, ਮੇਰੇ ਉੱਪਰ ਉਹ ਮੈਸੇਜ ਕੀ ਇੱਕ ਛਾਪ ਲੱਗ ਗਈ, ਛਾਪ ਤਲਕ ਤਪਦੀ ਨਾ ਦੁਪੱਟਾ ਮੇਰਾ।
लोग कहते हैं कि 3500 वोट बहुत कम है, मुझसे पूछ के देखो कितना ज़्यादा है। एक हलके में 900 वोट के हिसाब से, चार हलकों में 3500 वोट है। मुझे कई लोगों ने बताया, औरतों ने, कि हम आपको वोट डालने गए लेकिन बैलेट पेपर में आपका नाम ही नहीं था। और इमरान खान साहब ने इतनी धांधली की है, हर बंदा इनको वोट डाल रहा था, ये को बात है भला? मेरे वोटर्स का भी फिर उधर ही दिल करना है डालने को। और अगर किसी ने मुझे वोट डालना भी चाहा तो मेरी संदूकड़ी इतनी छोटी थी, 600-700 वोटों के बाद उसमें वोट तुनना पड़ता था, ऊपर तक तो वोट आ गए थे। अब दबा दबा के लोगों ने 900 वोट एक हल्के में एक संदूकड़ी में डाला, अब उससे ज़्यादा वोट डाले ही नहीं जा रहे थे, लिहाजा मेरे साथ जो है वो धांधली हुई है। शेर 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 एक बारी फेर, शेर एक बारी फेर, शेर एक बारी फेर, खत्म। अच्छा नादरी, इस तरह है कि इमरान खान साहब माशाल्लाह उन्होंने एक तकरीर की थी कि भी यकीन करो मैं अद्धा क नून लीग का अद्धा क PTI का, अच्छी जी गल लगे मैं उधर हो जाना जी ना चंकी लगे मैं मेरे हिसाब ना। लेकिन इमरान खान साहब ने जी तकरीर की सुभान अल्लाह भी कहें मैं पार्लीमेंट हाउस में स्कूल बना देंगा, की मजा आएगा कि रक्षी वाले कहते हो माँ प्यो साडे मुंडे पार्लीमेंट हाउस ला आ, सवारियां कहदियां होणगे भाई पार्लीमेंट हाउस जाना एक दावत, होटल कहें मैं बना देंगा, होटल बना देंगा पार्लीमेंट हाउस में, असंबली हाउस में, CM हाउस में, मैं स्कूल बना देंगा, मैं होटल बना देंगा। साहब लाओ नादरीन उत्थे बच्चे पढ़न जाणगे की दसणगे मैं CM हाउस में पढ़ता हूँ, हाँ हाँ हाँ, मतलब उत्थे दीआं फीसां अजीब उन्होंने गल की, अगर इदा हो जाए तो नादरीन फिर तो एक अनहोनी जी होएगी मेरे हिसाब के नाल, बहुत जबरदस्त उन्होंने गल की, मैं बड़ा मुतासर होया इमरान खान साहब की गल तो। होर इमरान खान साहब धांधली देखो उन्होंने कहा जो इमरान 2013 च इलैक्शन होए से ना, तो इमरान खान साहब किन्ने साल बेचारे रोना रोंद रहे कि चार हल्के खोल दो, चार हल्के खोल दो, चार हल्के धांधली हुई है मेरा करो, इन्होंने नहीं हल्के खोले, पिट पिट मार के धरना पता नहीं किन्ने 100 किन्ने दिनों का दिता, तो कैसा शहजादा उन्हें कहा दूसरे दिन ही इन्होंने कहा धांधली, उन्हें कहा जिहड़ा हल्का कहने मैं खोलदा, कैसी गल है नादरीन। 25 जुलाई को धांधली सर जी कहीं भी नहीं हुई धांधली, यार तुम क्लीन शेव में सच बोल रहे हो, मैं दाढ़ी रखकर झूठ बोल रहा हूँ यार, कैसे हुई धांधली बताएं मुझे आप। मेरा एक वोटर खाता था खिचड़ी, हाँ पीता था पानी, वोट डालना है मुझे। अच्छा जी, नहीं डाला। क्यों? मार डाला, ओ मार डाला। किसको? दिल में मेरे हैदर दे डिस्को। अच्छा जी, हाँ। अच्छा जी, अभी आपकी क्या डिमांड है मौलाना साहब के, क्या किया जाए? सारे इलेक्शन दोबारा कराए जाए। नामुमकिन है। फिर तो चुप करके बैठ, तांजली दियां किस्मां नूं कौन जानता, मैं जानता या मेरा शबाज जानता। वाह, और हमें तो अपनों ने लूटा, गैरों में कहां दम था, मेरी संदूकड़ी जब खुली तो उसमें वोट कम था। इस कौम का बेहतर मुस्तकबिल सिर्फ और सिर्फ मेरे हाथों में है। वाह जी वाह, मेरे हाथों की लकीरों में समाने वाले तो कैसे भूलेंगे तुझे। वाह, मुझको जी हराने वाले, उलाला उलाला उलाला। ये क्या था जी? ये बेटे मेरे दिल की फीलिंग है, बहुत बुरी थी, मर जा फिर, तमाम इलेक्शन दोबारा करवाओ, फिर भी अगर मैं हार गया तो फिर भी धांधली हो गई। ये क्या बात हुई? अब सैलाब आएगा मदन चोपड़ा, सैलाब। ले जी नादरीन, नादरीन एक इंडियन सिंगर है मुकेश, मुकेश साहब बड़ा नक् फड़ के गाउन है, फिर इदा का उन्होंने आवाज़ है, मैं तुम्हें उन्होंने आवाज़ की कापी करके सुना, देखना जरा उन्होंने आवाज़ अगर तुम सुनी हुई ना, आह मजा आ जाएगा, तुम्हें पता कि गाँव से देखने। आया है मुझे फिर याद वो जालिम, गुजरा जमाना बचपन का, हाय रे अकेले छोड़ के जाना। दुखी फुल रोमांटिक गाना भी ना कोलो सुनो ना ते रोना आ रहा हुंदा आवाज दे विच के, महबूब मेरे महबूब, यानी बहुत दीवानगी वाला गाना, लवर्स दा गाना, लेकिन इन्हां दी आवाज़ च ऐसा सोज और दुख, सुभान अल्लाह, सालगिरह दे गाने च भी नहीं निकलता। खैर नादरीन चलते एक ब्रेक ते, ब्रेक तो बाद दोबारा वापस होने। वेलकम बैक नादरीन, दोबारा खुश आमदीद प्रोग्राम में। वक्त हुआ है हमारे आउटडोर सेगमेंट का,
और आउटडोर सेगमेंट में मैंने मजाक तो जो मैं करता हूँ दुनिया के साथ आपको खुश करने के लिए, या एक मतलब सवाल जो आपका, इसके साथ मैंने एक और काम किया आज, एक और काम किया है कि जिससे मेरा जो मुल्क है कुछ मैं इसके लिए कर सकूं। एवं मच्छवलां चुवलां मार के एवं हासा जुगतां फलाना होता इतर मूँह इंज कोई जिंदगी नहीं है मैं गुजारी जा रहा। मैं सोचा कुछ ऐसा करूं जिससे चलो कुछ हिस्सा पै जाए मेरा भी तो थोड़ा जहा, नेकी तो नहीं खैर मेरा फर्ज सी एक पाकिस्तानी होने नाते मैं किया और देख लिया नाल शुगल तो नाल मैं काम भी किया। आ जाओ नहीं जी नादरीन, आज हम एक नेकी का काम, नेकी का दी साड़ी जिम्मेदारी है साड़ा अपना, बिल्कुल फर्ज भी है। खराब बिल्ली हुंदी मैं क्या साड़ा फर्ज भी है साड़ा अपना खोर की है, साड़ा फर्ज भी है और साड़ा हक भी बनता है कि असी हुण साडे पाकिस्तान दी गल है सानू सारे नु एक होना चाहिए हुण। हां असी ओदे लई मेहनत करिए और भाएं रोके ने बिस्मिल्लाह इना तो कर दियो। आ जाओ इना। अस्सलाम वालेकुम जी भाजी। वालेकुम अस्सलाम वालेकुम जनाब। शुक्र अल्लाह ताला। भाएं डैम असी बना रहे हैं ਤੁਹਾਨੂੰ ਪਤਾ ਚੀਫ ਜਸਟਿਸ ਸਾਹਿਬ ਡੈਮ ਬਣਾ ਰਹੇ ਨੇ ਅਤੇ ਉਹਨਾਂ ਨੇ ਕਿਹਾ ਕਿ ਸਾਰੀ ਕੌਮ ਮਿਲ ਕੇ ਕੁਛ ਕਰੋ ਅਤੇ ਬਿਸਮਿਲਾ ਕਰੋ। ਗੱਡੀ ਦੇ ਦਈਏ ਫਿਰ। ਹਾਂਜੀ ਅਸੀਂ 10 ਰੁਪਈਏ ਚੰਦਾ ਇਕੱਠਾ ਕਰ ਰਹੇ ਹਾਂ। ਭਾਵੇਂ 10 ਰੁਪਈਏ ਦੇਣ ਦਾ ਜ਼ਿਹਨ ਹੋਵੇ ਨਾ ਉਹ ਵੀ ਦੇ ਦੇਣਾ ਤੁਸੀਂ, ਰੱਖਣਾ ਨਹੀਂ ਕਿਉਂਕਿ ਤੁਹਾਨੂੰ। ਬਿਸਮਿਲਾ ਕਰੋ ਬਸ, ਬਿਸਮਿਲਾ ਕਰੋ। ਹਾਂਜੀ ਭਾਵੇਂ ਇਹ ਸੱਚਮੁੱਚ ਡੈਮ 'ਤੇ ਪੈਸੇ ਜਾਣੇ ਨੇ, ਇਹ ਡੈਮ 'ਤੇ ਲੱਗਣੇ। ਸਾਡੇ 'ਤੇ ਤੁਹਾਡਾ 1 ਰੁਪਈਆ ਵੀ ਹਰਾਮ ਆ, ਕੱਢੋ। ਤੁਹਾਨੂੰ ਬੜਾ ਸ਼ੌਕ ਸੀ ਰਿਕਾਰਡਿੰਗ ਦੇਖੋ ਜੀ। ਲਓ ਵੈਰੀ ਗੁੱਡ ਵੈਰੀ ਗੁੱਡ। ਨਹੀਂ ਹੋਰ ਹੈਗੇ ਤੁਹਾਡੇ ਕੋਲ ਹੋਰ ਹੈਗੇ ਘਰੋਂ ਕੋਈ ਚੀਜ਼ ਤਾਂ ਲੈਣਾ ਹੈ? ਨਹੀਂ ਨਹੀਂ ਦੇਖ ਲਓ ਮੁਕ ਚਾਚੀ ਸਾਡੀ ਗਾਲਾਂ ਕੱਢੇ ਵੀ ਕਿਹੜਾ ਅੰਤਰਾ ਤੈਨੂੰ ਟੱਕਰ ਪਿਆ ਰਸਤੇ 'ਚ 50। ਲਓ ਜੀ 50 ਰੁਪਏ 50 ਹੀ ਨੇ। ਲਓ ਜੀ ਬਿਸਮਿਲਲਾ ਜੀ ਨਾਲ ਨਾਲ ਅਸੀਂ ਡੈਮ ਵਾਸਤੇ ਨਾਲ ਨਾਲ ਸ਼ੁਗਲ ਕਰਾਂਗੇ ਤੁਹਾਡਾ, ਨਾਲ ਨਾਲ ਅਸੀਂ ਡੈਮ ਵਾਸਤੇ ਪੈਸੇ ਇਕੱਠੇ ਕਰਾਂਗੇ। ਦੇਖੇ ਇਹ ਮੇਰੇ ਜਨਵਨ ਨਹੀਂ। ਹਾਂ ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ। ਅਜੇ ਕੀ ਹਾਲ? ਬਸ ਠੀਕ ਹੈ। ਅਸਲਾਮ ਵਾਲੇਕਮ। 2025 ਚ ਕਹਿੰਦੇ ਨੇ ਪਾਕਿਸਤਾਨ ਚੋਂ ਪਾਣੀ ਜਿਹੜਾ ਨਾ ਜੇ ਕੁਛ ਅਸੀਂ ਨਾ ਕੀਤਾ ਤੇ ਉਹ ਖਤਮ ਹੋ ਜਾਣਾ। ਠੀਕ ਆ ਤੇ ਚੀਫ ਉਹ ਤੇ ਫਿਰ ਹੋ ਹੀ ਜਾਣਾ ਜੀ। ਚੀਫ ਜਸਟਿਸ ਸਾਹਿਬ ਨੇ ਕਿਹਾ ਕਿ ਅਸੀਂ ਡੈਮ ਬਣਾਵਾਂਗੇ ਜਿਹੜੇ ਬਹੁਤ ਸਾਲਾਂ ਤੋਂ ਨਹੀਂ ਬਣੇ, ਉਹਦੇ ਲਈ ਪੂਰੀ ਕੌਮ ਜਿੰਨੇ ਵੀ ਘੱਟ ਤੋਂ ਘੱਟ ਪੈਸੇ ਦੇ ਸਕਦੀ ਨਾ ਵੇ 10, 20, 30, 40 ਤੇ ਉਹ ਤੁਸੀਂ ਬਿਸਮਿਲਾ ਕਰੋ। ਠੀਕ ਹੈ ਜੀ। ਲਓ ਜੀ ਔਖੇ ਨਹੀਂ ਹੋਣਾ। ਹਾਂ ਆਓ ਇਹ ਤਾਂ ਸਾਨੂੰ ਹੀ ਫਾਇਦਾ ਹੋਣਾ ਵਾ, ਇਹ ਬੜੀ ਗੱਲ ਹੈ। ਲੇਕਿਨ 10 ਰੁਪਏ ਹੁਣ ਤੁਹਾਡੇ ਡੈਮ ਚ ਪੈ ਜਾਣੇ, ਕਿਤੇ ਵਾਪਸ ਵਕੀਲ ਕਰਕੇ ਸਾਡੇ ਕੋਲ ਵਾਪਸ ਲੈਣ ਆ ਜਾਓ। 10 ਰੁਪਏ ਮੈਂ ਕਹਿੰਦਾ ਉਹਨਾਂ ਨੂੰ ਪਹਿਲੇ ਦੇ ਦੇ, ਸਾਡੇ ਉਹੀ ਨੇ ਦੋਸਤ ਹੈ ਉਹੀ ਜਗ੍ਹਾ ਮੇਰੇ ਇਲਾਕੇ ਦੇ ਘਰ ਦੀ ਤੇ ਆ ਸਾਰੇ ਉਹੀ ਬੈਠੇ ਨੇ ਕਰੈਕਟਰ ਤੇ ਇਹਨਾਂ ਕੋ ਵੀ ਆਪਾਂ ਭੋਟਦੇ ਆ। ਸਲਾਮ ਅਲੈਕਮ ਜੀ। ਸਲਾਮ ਭਾਜੀ ਕੀ ਹਾਲ? ਅੱਲਾ ਹੀ ਰਹਿਮਤ ਆ। ਬਿਸਮਿਲਲਾ ਕਰਾਓ ਭਾਈ। ਅਸਲਾਮ ਅਲੈਕਮ ਜਨਾਬ। ਭਾਈ ਡੈਮ ਦੇ ਪੈਸੇ ਦਿਓ। ਡੈਮ ਡੈਮ ਡਿਗਾ ਡਿਗਾ ਮੌਸਮ ਬਿਗਾ ਬਿ ਡੈਮ ਵਾ। ਵੈਰੀ ਗੁੱਡ। ਕਿੰਨੇ ਪੈਸੇ ਨੇ ਪਾਣੇ? ਪਾ ਲਓ ਭਾਈ। ਬਿਸਮਿਲਲਾ। ਵਾਹ ਜੀ ਵਾਹ 50 ਰੁਪਏ। ਭਾਈ ਨੇ ਕੋ ਤੁਸੀਂ ਨਾ ਸਾਡੇ ਤੇ ਸਾਨ ਕਰ ਰਹੇ ਹੋ ਨਾ ਤੁਸੀਂ ਆਪਣੇ ਤੇ ਸਾਨ ਕਰ ਰਹੇ ਹੋ। ਏਦਾਂ ਮੈਨੂੰ ਇੰਨਾ ਘੂਰ ਘੂਰ ਕੇ ਨਾ ਵੇਖੋ। ਹਾਂਜੀ ਆਪਣੇ ਮੁਲਕ ਵਾਸਤੇ ਤੁਸੀਂ ਇਹ 50 ਰੁਪਏ ਨਹੀਂ ਮੁਲਕ ਵਾਸਤੇ ਵੀ ਨਹੀਂ ਤੁਸੀਂ ਆਪਣੇ ਘਰ ਵਾਸਤੇ ਕਰ ਰਹੇ ਹੋ ਜੀ। ਬਿਲਕੁਲ ਆਪਣੇ ਬੱਚਿਆਂ ਵਾਸਤੇ। ਬਿਲਕੁਲ ਔੜ ਕੇ ਨੂੰ ਪਾਇਆ ਸੀ ਬੱਲੇ ਨੂੰ। ਵੈਰੀ ਗੁੱਡ ਬੱਲੇ। ਮੈਂ ਵੀ ਬੱਲੇ ਨੂੰ ਪਾਇਆ ਸੀ ਭਾਣ। ਭਾਣ ਇਹ ਦੱਸੋ ਵੀ ਜਾਨੀ ਭਾਈ ਤੁਸੀਂ ਪਹਿਲੇ ਤਾਂ ਸ਼ੇਰ ਨੂੰ ਨਹੀਂ ਪਾਇਆ ਯਾਰ? ਮੈਂ ਬੰਦਾ ਬੰਦਾ ਵੇਖ ਕੇ ਵੋਟ ਬਦਲ ਵੀ ਲੈਣਾ। ਠਹਿਰ ਜਾ। ਅੱਛਾ ਠੀਕ। ਭਾਣ ਮੈਨੂੰ ਇਹ ਦੱਸੋ ਕਿਹੜਾ ਐਸਾ ਗਾਣਾ ਜਿਹੜਾ ਪੂਰੀ ਦੁਨੀਆ 'ਚ ਗਾਇਆ ਜਾਂਦਾ ਸੇਮ ਉਹ ਹੀ ਆਈ ਰੇ ਤਬਦੀਲੀ ਆਈ ਰੇ। ਵੈਰੀ ਗੁੱਡ। ਇਹ ਵੀ ਵੈਸੇ ਹੁਣ ਸਾਰੀ ਦੁਨੀਆ ਨਹੀਂ ਉਹ ਤੇ ਸਿਰਫ ਇੱਥੇ ਤਾਂ ਨਾ ਗੋਰਿਆਂ ਨੂੰ ਤਾਂ ਨਹੀਂ ਨਾ ਉਹਨਾਂ ਕੋਲ ਗਰਜ਼ ਹੈਗੀ। ਠੀਕ ਹੈ ਨਾ ਉਹ ਐਸਾ ਗਾਣਾ ਤਕਰੀਬਨ ਪੂਰੀ ਦੁਨੀਆ ਦੇ ਹਰ ਘਰ 'ਚ ਤਕਰੀਬਨ ਉਹ ਗਾਇਆ ਜਾਂਦਾ ਅਤੇ ਸੇਮ ਆ ਉਹਦੀ ਸ਼ਾਇਰੀ ਵੀ ਸੇਮ ਆ ਤਰਜ਼ ਵੀ ਸੇਮ ਆ ਮੁਸਲਿਮ ਉਹਦਾ ਉਹਦੀ ਆਪਣਾ ਉਹਦੀ ਤਰਜ਼ ਵੀ ਸੇਮ ਆ ਸ਼ਾਇਰੀ ਵੀ ਸੇਮ ਆ ਸਾਰਾ ਕੁਝ ਸੇਮ ਆ। ਪਾਕਿਸਤਾਨੀ ਵੀ ਗਾਉਂਦੇ ਨੇ ਬਾਹਰ ਵੀ ਗਾਉਂਦੇ ਨੇ ਇੰਡੀਆ 'ਚ ਵੀ ਅਮਰੀਕਾ 'ਚ ਸਾਰੀ ਦੁਨੀਆ 'ਚ ਉਹੀ ਗਾਣਾ ਇੱਕੋ ਹੀ ਗਾਣਾ ਗਾਇਆ ਜਾਂਦਾ ਇੱਕੋ ਹੀ ਗਾਣਾ ਦੱਸੋ ਕਿਹੜਾ ਸੁਣਾਓ ਤਾਂ ਸਹੀ ਭਾਈ ਨਹੀਂ ਤੁਸੀਂ ਦੱਸੋ ਕਿਹੜਾ ਨਹੀਂ ਤੁਸੀਂ ਥੋੜ੍ਹਾ ਜਿਹਾ ਸੁਣਾਓ ਤੁਹਾਨੂੰ ਪਤਾ ਨਹੀਂ ਓਕੇ ਓਕੇ ਕੋਈ ਗੱਲ ਇਹਨਾਂ ਕੋਲ ਪੈਸੇ 50 ਰੁਪਏ ਇਹਨਾਂ ਨੇ ਦਿੱਤੇ ਓਕੇ ਅਸਲਾਮ ਵਾਲੇਕਮ ਜੀ ਭਾਅ ਜੀ ਕੀ ਆਊਟਡੋਰ ਕੀਤਾ ਗਿਆ ਹੈ ਨਾ ਭਾਅ ਜੀ ਬਿਸਮਿਲਾ ਡੈਮ ਬਣ ਰਿਹਾ ਅਤੇ ਉਹਦੇ ਲਈ ਕੋਈ ਬਿਸਮਿਲਾ ਕਰੋ ਕੋਈ ਯਾਰ ਕਿੱਡੀ ਛੇਤੀ ਪੈਸੇ ਦੇ ਰਹੇ ਪਤਾ ਕੀ 50-50 ਰੁਪਏ ਫੌਰੀ ਕੱਢ ਲੈਂਦੇ ਵੱਧ ਪੈਸਿਆਂ ਵਾਰੀ ਇਹਨਾਂ ਨੂੰ ਮੌਤ ਪੈਣੀ ਹੈ ਭਾਈ ਤੁਸੀਂ ਚਾਹੁੰਦੇ ਜੇ ਕਿ ਪਾਕਿਸਤਾਨ 'ਚ ਡੈਮ ਬਣੇ ਪਾਣੀ ਖਤਮ ਪਾਣੀ ਦੀ ਕਿੱਲਤ ਖਤਮ ਹੋਵੇ ਚਾਹੁੰਦੇ ਹਾਂ ਜੀ ਬਿਲਕੁਲ ਚਾਹੁੰਦੇ ਹਾਂ 5000 ਰੁਪਏ ਦੇ ਦਿਓ 5000 ਦੇ ਦਿਓ
ਪੈਸੇ ਡੈਮ ਵਾਸਤੇ ਲੈਣੇ ਕਿ ਆਪਣੀ ਬਣਾਉਣ ਵਾਸਤੇ ਲੈਣੇ ਤੁਸੀਂ ਡੈਮ ਵਾਸਤੇ ਲੈਣੇ ਨੇ ਅੱਛਾ ਡੈਮ ਵਾਸਤੇ ਦੇ ਦਿੰਦੇ ਡੈਮ ਹੋ ਜ਼ਰਾ ਡੈਮ ਹੋ ਡੈਮ ਹਾਂ ਦਸਾ ਡੈਮ ਹਾਂ ਪੈਸੇ ਸਾ ਡੈਮ ਵਾਸਤੇ ਇਹ ਡੈਮ ਵਾਸਤੇ ਕਿੰਨੇ ਪੈਸੇ ਦਿੱਤੇ ਨੇ 20 ਰੁਪਏ ਜਰਾ 20 ਰੁਪਏ ਤੁਹਾਡੇ ਸਵਾ ਲੱਖ 20 ਰੁਪਏ ਹਾਂਜੀ ਹਾਂਜੀ 20 ਰੁਪਏ ਇਹਦਾ ਡੈਮ 'ਚ ਕੀ ਲੱਗ ਸਕਦਾ 20 ਦਾ ਡੈਮ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਤਾਂ ਲੱਗ ਸਕਦਾ ਇਹਦੇ ਵਿੱਚ ਇਕੱਲਾ ਪਾਣੀ ਹੀ ਲੱਗਣਾ ਵਿੱਚ ਨਾ ਮੈਂ ਡੈਮ 'ਚ ਤੂੰ ਹਿਸਾਬ ਲਾ ਵੀ ਇਸ 20 ਰੁਪਏ ਦਾ ਇੱਕ ਇੱਟ ਵੀ ਨਹੀਂ ਆਉਣੀ ਤੁਸੀਂ ਇਸ ਤਰ੍ਹਾਂ ਕਰੋ ਇੱਟ ਤੁਸੀਂ ਸਿਰ ਚ ਖਾਂ ਕਿੰਨੇ ਦੀ ਇੱਟ ਆ ਇੱਟ ਕਿੰਨੇ ਦੀ ਇੱਟ ਹੈਗੀ 7 ਰੁਪਏ ਦੀ ਹੈਗੀ 7 ਰੁਪਏ ਦੀ ਇੱਟ ਤਿੰਨ ਵੀ ਨਹੀਂ ਆਉਣੀਆਂ ਤਿੰਨ ਇੱਟਾਂ ਚਲੋ ਰੋੜੇ ਲੈ ਲੈਣਾ ਤੁਸੀਂ ਛੋਟੇ ਛੋਟੇ ਆਹੋ ਇੱਕ ਦੋ ਪੂਰੀਆਂ ਤੇ ਇੱਕ ਮਾੜੀ ਜੀ ਤੋੜ ਆ ਜਾ ਇਹਨਾਂ ਹੋਰ ਬਹਿਸ ਕੀਤੀ ਤੇ ਇਹਨੇ ਕਹਿਣਾ ਬਜਰੀ ਲੈ ਲੈਣਾ ਆਹੋ ਆ ਜਾ ਆ ਜਾ ਆ ਜਾ ਭਾਜੀ ਬੜੀ ਮਿਹਰਬਾਨੀ ਜੀ ਸ਼ੁਕਰੀਆ ਆ ਇੱਕ ਮੇਰੇ ਹੋਰ ਦੋਸਤ ਬੈਠੇ ਨੇ ਬਿਸਮਿਲ੍ਲਾ 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 ਜਨਾਬ ਤੁਸੀਂ ਇਸ ਤਰ੍ਹਾਂ ਕਰੋ ਉਹਨਾਂ ਨਾਲ ਗੱਲ ਕਰੋ ਮੈਂ ਤੁਹਾਡੇ ਤੋਂ ਮੱਖੀਆਂ ਉਡਾਉਣਾ ਕਾਫੀ ਬਹਿਣ ਡਈਆਂ ਹਾਂਜੀ ਭੈਣ ਕੀ ਜਾ ਕੀ ਹਾਲ ਚਾਲ ਦੋਵਾਂ ਠੀਕ ਹੈ ਸ਼ੁਕਰ ਅੱਲਾ ਦਾ ਇਹ ਉਹੀ ਭਾਈ ਹੈ ਜੀ ਨੰਗਦੇ ਵੜਦੇ ਸਲਾਮ ਦੋ ਹਾਂਜੀ ਇਹ ਸਾਡਾ ਬਾਜ਼ਾਰ ਆ ਘਰ ਵਾ ਸਾਡਾ ਇੱਥੇ ਵੋਟ ਕਿਹਨੂੰ ਪਾਇਆ ਸੀ ਵੋਟ ਸ਼ੇਰ ਨੂੰ ਪਾਇਆ ਹਾਰ ਕੇ ਕਿ ਜਿੱਤ ਕੇ ਕੋਈ ਐਸੀ ਗੱਲ ਨਹੀਂ ਇਹਦਾ ਮੈਂ ਬਕਵਾਸ ਵੀ ਕੀਤੀ ਸੀ ਰਾਤ ਦੇ 3 ਵਜੇ ਆ ਕੇ ਉਹਨੇ ਉਹਨੂੰ ਉਹਨੂੰ ਕਿਹਾ ਸੀ ਇਹਨੂੰ ਵੋਟ ਪਾ ਦਿਓ ਨਾ ਉਹਨੂੰ ਜਿਤਾਉਣ ਦਿੱਤਾ ਨਾ ਆਪਣੇ ਕੈਂਡੀਡੇਟ ਨੂੰ ਜਿਤਾਉਣ ਦਿੱਤਾ ਅੱਛਾ ਭਾਈ ਨੇ ਡੈਮ ਬਣ ਰਿਹਾ ਹਾਂਜੀ ਤੇ ਨਾਤਿਆਂ ਨੂੰ ਵੀ ਲੱਗਦਾ ਕਾਫੀ ਜਵਾਬ ਦਸ ਰੁਪਏ ਮੰਗ ਕੇ ਲੈ ਇੰਡੀਆ ਨੂੰ ਅੱਲਾ ਦੇ ਹੁਕਮ ਦੇ ਨਾਲ ਅਸੀਂ ਬੈਕਵਰਡ ਇਲਾਕਾ ਹੋ ਅਸੀਂ ਤਸਲੀਮ ਹੀ ਨਹੀਂ ਕੀਤਾ ਉਹਨਾਂ ਨੂੰ ਵੈਰੀ ਗੁੱਡ ਓਏ ਅਸਲ ਚ ਗੱਲ ਹੁੰਦੀ ਹੈ ਕਿ ਬਰਕਤ ਅੱਲਾ ਨੇ ਪਾਉਣੀ ਹੁੰਦੀ ਹੈ ਬਿਲਕੁਲ ਜੀ ਠੀਕ ਹੈ ਨਾ ਇਹ ਦੇਖੋ ਹੁਣ ਬਰਕਤ ਇਸ ਨੋਟ ਤੇ ਅੱਲਾ ਦਿੰਦੇ ਰਹਿਣੇ ਆ ਪੈਸੇ ਚਾਹੇ 8 ਜੇ ਨਹੀਂ ਸਮਝਣਾ ਕਿਸੇ ਬਾਅਦ ਜਿੰਨਾ ਚਿਕ ਕੰਪਲੀਟ ਨਹੀਂ ਹੁੰਦਾ ਅੱਲਾ ਦੇ ਗੁਨਾ ਇਸਲਾਮਾਬਾਦ ਦੇ ਵਿੱਚ ਫੈਸਲਾਬਾਦ ਚ ਬੰਦੇ ਮਜ਼ਦੂਰ ਆ ਜੀ ਮੈਂ ਅੱਜ ਤੋਂ ਬਾਅਦ ਜਿੱਥੇ ਜਾਣਾ ਨਾ ਮੈਂ ਡੈਮ ਦੇ ਪੈਸੇ ਕਰ ਪਏਗੀ ਇਨਸ਼ਾਅੱਲਾ ਤਾਲਾ ਇਸ ਕੰਮ ਵਾਸਤੇ ਇਨਸ਼ਾਅੱਲਾ ਜੀ ਇਨਸ਼ਾਅੱਲਾ ਉਹ ਡੈਮ ਵਾਸਤੇ ਪੈਸੇ ਦੇ ਜਾਂ ਡੈਮ ਬਣਾਉਣਾ ਨਹੀਂ ਲੈਣੇ ਤੁਸੀਂ ਮੈਨੂੰ ਲੱਗਦਾ ਥੋੜੇ ਦਿਨ ਹੋਏ ਪੰਪ ਲਵਾਇਆ ਨੂੰ ਹੈ ਨਹੀਂ ਮੈਂ ਤਾਂ ਉਹਨਾਂ ਨੂੰ ਗੱਲ ਹੀ ਕਰਨੀ ਪਾਈ ਪੈਸੇ 10 20 ਰੁਪਏ ਲਓ ਜੀ 20 ਰੁਪਏ ਤੁਹਾਡੇ 2.5 ਲੱਖ ਹੈ ਸਲਾਮ ਅਲੈਕੁਮ ਅੱਛਾ ਇਹ ਕਿਤੇ ਤੁਸੀਂ ਦੇਖੋ ਇਹ ਕਿਤੇ ਦੇ ਚ ਇਹ ਕਿਦਰੋਂ ਆ ਚੰਗਾ ਵੈਸੇ 10 20 ਨਾ ਜਾਂ ਛੁੱਟੀ ਜਾਣ ਦੀ ਸਰ ਜੀ ਇਹ ਤੁਹਾਡਾ ਹਿੱਸਾ ਜਾਏਗਾ ਟਾਈਮ ਦੇ ਵਿੱਚ ਇਨਸ਼ਾਅੱਲਾ ਇਨਸ਼ਾਅੱਲਾ ਤਾਲਾ ਠੀਕ ਹੈ ਪੈਸੇ ਪੈਸੇ 50 ਰੁਪਏ ਬਕਾਇਆ ਦੇ ਨੇ ਆ 50 ਬਕਾਇਆ ਦੇ ਬਈ ਕਿੰਨੇ ਪੈਸੇ 50 ਬਕਾਇਆ ਦੇ ਸ਼ੁਕਰੀਆ ਜਨਾਬ ਇਹ ਤੁਸੀਂ ਇਹ ਤੁਹਾਡੇ ਵਾਸਤੇ ਸਦਕਾ ਜਾਰੀ ਹੈ ਜਿਹੜਾ ਤੁਸੀਂ ਇਹ ਕਰ ਰਹੇ ਹੋ ਲਓ ਜਨਾਬ ਸ਼ੁਕਰੀਆ ਬਹੁਤ ਸ਼ੁਕਰੀਆ ਤੁਹਾਡਾ ਨਾਮ ਖਲੀਕ ਭਾਜੀ ਅਸਲਾਮ ਅਲੈਕਮ ਵਾਲਕ ਸਲਾਮ ਜੀ ਇਹ ਕੀ ਹੈ ਟਾਈਮ ਵਾਸਤੇ ਪੈਸੇ ਹਾਂਜੀ ਟਾਈਮ ਵਾਸਤੇ ਪੈਸੇ ਇਹ ਸਾਡੇ ਤੋਂ ਪਹਿਲੇ ਵੀ ਕੋਈ ਬੰਦਾ ਹੋ ਕੇ ਗਿਆ ਇੱਥੇ ਨਹੀਂ ਤੁਸੀਂ ਆਏ ਤੇ ਫਿਰ ਤੁਸੀਂ ਪਹਿਲੇ ਪੈਸੇ ਫੜ ਕੇ ਬੈਠੇ ਮੈਂ ਕਿਹਾ ਲੈਣੇ ਤਾਂ ਹੈਗੇ ਦੇਣੇ ਤਾਂ ਹੈਗੇ ਹੁਣੇ ਦੇ ਦਈਏ ਅੱਛਾ ਸ਼ੁਕਰੀਆ ਜਨਾਬ ਨਹੀਂ ਕਾਲੀ ਤੁਹਾਨੂੰ ਡੈਮ ਦੀ ਹਾਂਜੀ ਮੈਂ ਕਹਿੰਦਾ ਜਲਦੀ ਬਣੇ ਜੀ ਜਲਦੀ ਭਾਜੀ ਭਾਜੀ ਤੁਸੀਂ ਕਦੀ ਵੀ ਤੁਹਾਡਾ ਦਿਲ ਕਰੇ ਨਾ ਗੱਲ ਸੁਣੋ ਬਸ ਸੁਣੋ ਇਹਨਾਂ ਨੇ ਬੜੀ ਮਤਲਬ ਇਹਨਾਂ ਦੇ ਫੇਸ ਐਕਸਪ੍ਰੈਸ਼ਨ ਜਿਹੜੇ ਨਾ ਬੜੇ ਮਜ਼ੇਦਾਰ ਔਰ ਹਾਸੇ ਵਾਲੇ ਔਰ ਇੰਨੇ ਟੈਨਸ਼ਨ ਦੇ ਦੌਰ ਦੇ ਵਿੱਚ ਵੀ ਹੱਸ ਰਹੇ ਨੇ ਕੀ ਗੱਲ ਜੀ ਮਸਤ ਜੀ ਤੁਸੀਂ ਫੀਸ ਹੀ ਐਸਾ ਹੁੰਦਾ ਦੇਖੋ ਨਾ ਉਹਦੇ ਕੋਲ ਪਰੇਸ਼ਾਨੀ ਵੀ ਆ ਪੈਸੇ ਵੀ ਪੂਰੇ ਪੂਰੇ ਨਜੇਬ 'ਚ ਲੇਕਿਨ ਉਹ ਖੁਸ਼ ਨੇ ਅੱਛਾ ਹੱਸੀ ਜਾ ਰਹੇ ਨੇ ਹਾਂ ਦੇਖੀ ਖੁਸ਼ ਇਹ ਇੱਕ ਫ੍ਰੀ ਮਿਲਦਾ ਜੀ ਪਾਕਿਸਤਾਨ 'ਚ ਵੈਰੀ ਗੁੱਡ ਵੈਰੀ ਗੁੱਡ ਤੁਹਾਡੇ ਲੱਗਦਾ ਕੋਈ ਸਾਲੇ ਬਾਹਰ ਨੇ 4-5 ਹੈਨਾ ਨਹੀਂ ਭਾਈ ਐਸਾ ਕੋਈ ਚੱਕਰ ਨਹੀਂ ਐਸਾ ਕੋਈ ਚੱਕਰ ਅੰਦਰ ਨੇ ਨਾ ਅੰਦਰ ਆਣਾ ਬਾਹਰ ਆ ਜੀ ਅੰਦਰ ਨਾ ਬਾਹਰ ਉਹ ਬੱਚੇ ਇਹਨਾਂ ਦੇ ਆਲੇ ਦੁਆਲੇ ਫਿਰਦੇ ਰਹਿੰਦੇ ਲਓ ਜੀ ਭਾਜੀ ਬਹੁਤ ਸ਼ੁਕਰੀਆ ਲਓ ਜਨਾਬ ਥੈਂਕ ਯੂ ਆਹੋ ਆ ਵੀ ਪਾ ਇੱਕ ਆਪਣਾ ਪਵਾਈ ਆਂਡਿਆ ਕੀ ਗੱਲ ਮੈਂ ਨਹੀਂ ਪਾਣਾ ਆ ਵੀ ਪਾ ਇਹਨੂੰ ਪਰਲੀ ਨੁੱਕਰ ਤੇ ਪਾਈ ਮੇਰੇ ਦੇ ਨਾਲ ਨਾ ਰਲੇ ਐ ਇਦਾਂ ਕਰ ਮੇਰਾ ਲਫਾਫੇ 'ਚ ਪਾ ਕੇ ਸੁੱਟ ਦੇ ਮੇਰਾ ਵਾਲਾ ਲਹਿਰਾ ਰੱਖੀ ਲਫਾਫੇ 'ਚ ਪਾ ਕੇ ਸੁੱਟ ਦੇ ਚੱਲ ਉਰੇ ਆ ਕਿੰਨੀ ਇੱਥੋਂ ਕੰਮ ਕਰਦਾ ਹਾਂਜੀ ਤੈਨੂੰ ਪਤਾ ਡੈਮ ਬਣ ਰਿਹਾ ਹਾਂਜੀ ਹਾਂਜੀ ਬਣ ਰਿਹਾ ਡੈਮ ਵਾਸਤੇ ਪੈਸੇ ਚਾਹੀਦੇ ਨੇ ਹਾਂਜੀ ਤੇ ਲਿਆ ਲੱਗਦਾ ਹਵਾ ਫਿਰ ਗਈ ਉਹ ਖੈਰ ਉਹ ਜੀ ਓਏ ਇੱਥੇ ਕੋ 50,000 ਰੁਪਏ ਸੁੱਟ ਕੇ ਗਿਆ ਵਾ ਹਰ ਬੰਦਾ 50,000 ਰੁਪਏ ਦੇਣ ਦੇ ਨਹੀਂ ਨਹੀਂ ਯਾਰ ਤੂੰ ਮਜ਼ਦੂਰ ਯਾਰ ਤੂੰ 100 ਵੀ ਦੇ ਦਿੰਦਾ ਤਾਂ ਵੀ ਕੋਈ ਨਹੀਂ ਡੈਮ ਬਣਵਾ ਲੋ ਇਹ ਲੋ ਲਾਲਰ ਦਾ ਡੈਮ ਬਣਾ ਲੈ ਪੱਕੇ ਮਿੱਠਾ ਡੈਮ ਇਹ ਸ਼ੀਸ਼ੇ ਵਾਲੀਆਂ ਖਾਲੀ ਬੋਤਲਾਂ ਤੋਂ ਡੈਮ ਬਣਾ ਲੋ ਅਸਲਾਮੁਅਲੈਕਮ ਜਨਾਬ ਅਸਲਾਮੁਅਲੈਕਮ ਜੀ
ਨਾਲ ਭਾਂਡਿਆਂ ਦੇ ਲਈ ਫਿਰਦੇ ਨਹੀਂ ਭਾਂਡ ਭਾਈ ਜਾਨ ਗੱਲ ਇਹ ਹੈ ਕਿ ਡੈਮ ਬਣ ਰਿਹਾ ਜੀ ਬੜੀ ਅੱਛੀ ਬਾਤ ਹੈ ਜੀ ਇਹ ਅੱਛੀ ਬਾਤ ਨਹੀਂ ਆ ਉਹਦੇ 'ਚ ਸਾਹ ਪਾਓ ਅੱਛੀ ਬਾਤ ਆ ਤੁਸੀਂ ਨਹਾਉਂਦੇ ਕਿੰਨੀ ਦੇਰ ਬਾਅਦ ਜੇ ਦਿਨ ਦੇ ਵਿੱਚ ਦੋ ਦਫ਼ਾ ਨਹਾਏ ਦਿਨ 'ਚ ਦੋ ਦਫ਼ਾ ਨਹਾਉਂਦੇ ਹੋ ਤੁਹਾਡੇ ਵਾਸਤੇ ਤਾਂ ਡੈਮ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਤੁਹਾਡੇ ਇਕੱਲਿਆਂ ਵਾਸਤੇ ਡੈਮ ਬਹੁਤ ਜ਼ਰੂਰੀ ਆ ਜਿੰਨਾ ਦੋ ਵਾਰੀ ਨਹਾਉਣ ਡਏ ਹੋ ਤੁਸੀਂ ਭਾਵੇਂ ਅਸੀਂ ਡੈਮ ਵਾਸਤੇ ਨਾ ਕੈਮ ਹੋਏ ਹਾਂ ਸਰ ਅਸੀਂ ਡੈਮ ਵਾਸਤੇ ਸਾਰੇ ਪੈਸੇ ਇਕੱਠੇ ਕਰ ਰਹੇ ਹਾਂ ਪੂਰੇ ਇਨਸ਼ਾਅੱਲਾ ਫੈਸਲਾਬਾਦ ਦੇ ਵਿੱਚ ਅਸੀਂ ਪੈਸੇ ਇਕੱਠੇ ਕਰਕੇ ਭੇਜਣੇ ਨੇ ਅਸੀਂ ਯਾਰ ਹਰ ਸ਼ੋਅ ਚੋਂ ਕਰਿਆ ਕਹਿੰਦੇ ਜਿੰਨੀ ਦੇਰ ਤੱਕ ਡੈਮ ਨਹੀਂ ਬਣਦਾ ਅਤੇ ਬਿਸਮਿਲਾ ਕਰੋ ਉਹ ਤੁਹਾਡੇ ਦੋ ਤਿੰਨ ਟਿੱਕੇ ਵੀ ਮੈਂ ਲੈ ਰਹੇ ਉਹ ਵੀ ਉਹਦੇ 'ਚ ਪਾ ਲੈਣਾ ਡੈਮ ਤੁਸੀਂ ਡੈਮ ਬਣਾਉਣੇ ਆ ਉਹ ਵੀ ਡੈਮ ਜੀ ਉਹ ਵੀ ਡੈਮ ਜੀ ਆ ਡੈਮ ਦਾ ਡੈਮ ਹੀ ਪਾ ਲੈਣਾ ਬਸ ਪੈਸੇ ਤਾਂ ਫਿਰ ਤੁਹਾਨੂੰ ਆ ਗਏ ਉਹ ਫਿਰ ਉੱਧਰਲੇ ਨਹੀਂ ਸਰ ਉਹ ਤਾਂ ਤੁਹਾਡਾ ਹੀ ਉਹ ਤਾਂ ਤੁਹਾਡੀ ਮਿਹਰਬਾਨੀ ਨਾ ਤੁਸੀਂ ਸਾਨੂੰ ਖਵਾਏ ਦੋ ਪੀਸ ਲੈ ਨੇ ਸਰ ਉਹ ਡੈਮ ਦੇ ਵਿੱਚ ਤੁਹਾਡਾ ਡੈਮ ਇਹ ਨਹੀਂ ਸੀਗੇ ਮੈਂ ਦੇਖ ਰਿਹਾ ਸੀ ਸਰ ਅਸੀਂ ਡੈਮ ਤੁਹਾਡਾ ਚਿਕਨ ਵਾਲਾ ਬਣਾ ਰਹੇ ਹਾਂ ਸ਼ੇਖ ਸਾਹਿਬ ਤਾਂ ਨਹੀਂ ਤੁਸੀਂ ਨਹੀਂ ਜੀ ਬਿਸਮਿਲਾ ਕਰੋ ਲਓ ਜਨਾਬ ਸ਼ੁਕਰੀਆ ਬਿਸਮਿਲਾ ਜੀ ਬਿਸਮਿਲਾ ਬਹੁਤ ਸ਼ੁਕਰੀਆ ਥੈਂਕ ਯੂ ਓ ਅਸਲਾਮ ਅਲੈਕੁਮ ਜਨਾਬ ਉਹ ਪਹਿਲਾਂ ਹੀ ਦੇਣ ਦੇ ਮੂਡ 'ਚ ਬੈਠਾ ਜੀ ਅੱਲਾਹ ਖੈਰ ਜਿੱਦਾਂ ਤੁਸੀਂ ਚੌਂਕੜੀ ਮਾਰੀ ਹੈ ਨਾ ਅਸਲਾਮ ਅਲੈਕੁਮ ਪਰਲੀ ਸਾਈਡ ਤੇ ਮੈਂ ਆਵਾਂ ਜੀ ਅੱਛਾ ਤੁਹਾਡਾ ਨਾਲ ਗੱਲ ਕਰਨੀ ਨਾ ਫਜ਼ੂਲ ਲੱਗ ਰਹੀ ਮੈਨੂੰ ਤੁਸੀਂ ਪੈਸੇ ਦਿਓ ਬਸ ਕਿਸੇ ਦੇ ਪੈਸੇ ਆਹ ਕਾਗਜ਼ ਦੇ ਪੈਸੇ ਕੀ ਪਤਾ ਹੁਣ ਅੱਜ ਕੱਲ੍ਹ ਲੋਕਾਂ ਦਾ ਤੁਸੀਂ ਅੱਲਾ ਤੇ ਛੱਡ ਦਿਓ ਤੇਰੇ ਪੰਜਾਹ ਰੁਪਏ ਮੈਂ ਖਾ ਵੀ ਲਾਂਗਾ ਇਹਨੂੰ ਦੇ ਦਿੱਤੇ ਇਹ ਬਣਾ ਲਵਣਗੇ ਆਪ ਬੇਟੇ ਤੇਰੀ ਆਪਣੀ ਹੌਦੀ ਵੀ ਬਣਨ ਵਾਲੀ ਉੱਤੇ ਦੀ ਅਤੇ ਪੈਸੇ ਵੀ ਤੇਰੇ ਕੋਲ ਆ ਮਤਲਬ ਤੂੰ ਛੋਟੇ ਛੋਟੇ ਡੈਮ ਤਿੰਨ ਆਪਣੇ ਉੱਤੇ ਬਣਾ ਲਵੇਂ ਤੁਹਾਡਾ ਨਾਮ ਸਲੀਮ ਪਤਾ ਸਲੀਮ ਕਿ ਚੀਫ ਜਸਟਿਸ ਸਾਹਿਬ ਨੇ ਕਿਹਾ ਕਿ ਡੈਮ ਬਣਾਉਣਾ ਸੀ ਹਾਂਜੀ ਪਤਾ ਨਹੀਂ ਪਤਾ ਉਹਨਾਂ ਨੇ ਕਿਹਾ ਕਿ ਸਾਰੀ ਕੌਮ ਮਿਲ ਕੇ ਉਹਦੇ 'ਚ ਹਿੱਸਾ ਪਾ ਹਾਂਜੀ ਪਾਉਣ ਨਹੀਂ ਦੇ ਤੁਸੀਂ ਕੀ ਪਾਈਏ ਸੀ ਹਿੱਸਾ ਉੱਧਰ ਦੇਖੋ ਦੱਸ ਪੰਜ ਜੀ ਚੀਕਮ ਸਿੱਟ ਦਿਓ ਅੰਦਰ ਨਾ ਲੰਘ ਜਾਏ ਅੱਛਾ ਤੁਹਾਨੂੰ ਪਤਾ ਹੈ ਕਿ ਉੱਧਰ ਦੇ ਓਏ ਤੁਹਾਨੂੰ ਪਤਾ ਹੈ ਹਾਲੇ ਕਿਹਾ ਤੇ ਭਾਈ ਹੁਣ ਪੈਸੇ ਕੱਢਣ ਲੱਗ ਪਏ ਐ ਨਹੀਂ ਉਹ ਪੈਣ ਵਟਾਉਣੇ ਪੈਣਾ ਜ਼ਿਆਦੀ ਇੰਨੀ ਥੱਦੀ ਕੱਢ ਕੇ ਸਿਰਫ 50 ਚਲੋ 10 ਦੇ ਦਿਓ 10 ਚਲੋ 10 ਪੜਾ ਦਿਓ ਪੈਣ ਚਲੋ ਆਹ ਬੜ ਯਾਰ 10 20 ਦੀ ਦਾਲ ਦਿਓ ਚਲੋ 20 ਦੀ ਦਾਲ ਦੇ 20 ਦੀ ਯਾਰ ਡੈਮ ਨਹੀਂ ਨਹਾਉਣਾ ਨਹੀਂ ਤੂੰ ਪਾਣੀ ਨਹੀਂ ਚਾਹੀਦਾ ਪਾਣੀ ਮੁੱਕ ਜਾਣਾ ਹਰੀ ਨਹਾਈਦਾ ਸੀ 20 ਦੀ ਦਾਲ ਯਾਰ ਅੱਜ ਥੋੜ੍ਹੀ ਘੱਟ ਖਾ ਲਈ ਤੂੰ ਯਾਰ 20 ਦੀ ਪਾ ਦਿਓ ਤੀਆਂ ਦੀ ਦਾਲ ਪਾ ਤੂੰ ਯਾਰ ਯਾਰ ਡੈਮ ਪਾਣੀ ਮੁੱਕ ਗਿਆ ਕਿੱਥੋਂ ਪੀਏਗਾ ਕਿੱਥੋਂ ਨਹਾਏਗਾ ਅੱਧੇ ਪਾਣੀ ਆਉਂਦਾ ਹੀ ਆ ਅੱਧੇ ਦੀ ਹੁੰਦਾ ਨਹੀਂ ਇਹ ਮੁੱਕ ਜਾਣਾ ਨਾ ਪਿੱਛੋਂ ਚਲੋ ਜੀ ਤਾਂ ਮੁੱਤੂ ਆਵਾਮ ਦੇ ਨਾਲ ਹੀ ਆ ਜੀ ਤੇਰੇ ਘਰ 'ਚ ਨਿਕਲ ਰਹੇ ਵੈਸੇ ਸਰ ਜੀ ਵੈਸੇ ਸਰ ਡੈਮ ਵਾਸਤੇ ਪੈਸੇ ਕੱਢ 10-20 ਰੁਪਏ 10 ਰੁਪਏ ਦੇ ਦੇ ਚੌਕੀਦਾਰ ਤੁਸੀਂ ਤਾਂ ਚੌਕੀਦਾਰ ਤਾਂ ਪੈਸੇ ਨਹੀਂ ਲੈਂਦਾ 10 ਰੁਪਏ ਦੇ ਚੌਕੀਦਾਰ ਨੂੰ ਪਾਣੀ ਨਹੀਂ ਚਾਹੀਦਾ ਦੌੜਦਾ ਅੱਛਾ ਅੱਛਾ 10 ਰੁਪਏ ਦੇ ਲੈ ਦੱਸਾਂ ਤਾਂ ਤੇਲ ਕੱਢ ਲਾ ਯਾਰ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਚਾਚਾ ਜੀ ਥੋੜ੍ਹਾ ਜਿਹਾ ਉੱਤੇ ਕੁਛ ਪਾਓ ਸਾਡੇ ਧੀਆਂ ਭੈਣਾਂ ਵੀ ਵੇਖਦੀਆਂ ਨੇ ਸ਼ੋ ਉੱਤੇ ਕੀ ਭਾਈ ਕੋ ਪਰਦਾ ਕਰ ਜਾਓ ਪਰਦਾ ਕਰ ਲਓ ਨਾ ਕੋਈ ਬਹੁਤ ਸ਼ੁਕਰੀਆ ਤੁਹਾਡਾ ਨਾਮ ਰਾਸ਼ਦ ਹਬੀਬ ਮੱਖਣ ਚਾਂਦ ਅਲੀ ਡੈਕੋਰੇਸ਼ਨ ਸੈਂਟਰ ਗੁਲਾਮ ਅਹਿਮਦਾਬਾਦ ਰਾਜਾ ਚੌਕ ਇਹ ਮੋਗਿਆ ਕਿਆ ਲਿਆ ਗੌਰ ਹੋਰ ਮੈਂ ਕਿਤੇ ਫੜ ਕੇ ਲਿਆਉਣਾ ਪਿੱਛੇ ਮਾਰਾ ਕਹਿਣਾ ਤੇਰਾ ਰਾਸ਼ਦ ਹਬੀਬ ਮੱਖਣ ਚਾਂਦ ਅਲੀ ਡੈਕੋਰੇਸ਼ਨ ਸੈਂਟਰ ਗੁਲਾਮ ਅਹਿਮਦਾਬਾਦ ਰਾਜਾ ਚੌਕ ਰਾਜਾ ਤੂੰ ਆ ਸਾਰਾ ਕਹਿ ਜਾ ਤੈਨੂੰ 1000 ਰੁਪਇਆ ਦਊਂ ਅੱਲਾ ਦੀ ਕਸਮੇ 1000 ਰੁਪਇਆ ਦਊਂ ਰਿਹਾ ਇੱਥੇ ਬਹਿ 1000 ਰੁਪਇਆ ਦਊਂ ਤੂੰ ਕਹਿ ਕੇ ਦਿਖਾ ਦੇ ਚਾਚਾ ਜੀ ਵੋਟ ਕਿਹਨੂੰ ਪਾਇਆ ਸੀ ਵੋਟ ਤਾਂ ਬੜੇ ਧੜੱਲੇ ਨਾਲ ਪਾਇਆ ਵਾ ਨੂਨ ਲੀਗ ਨੂੰ ਨੂਨ ਲੀਗ ਵਾਲਿਆਂ ਦੇ ਤਾਂ ਜਨਾਜ਼ੇ ਨਾਲ ਨਹੀਂ ਜਾਂਦੇ ਸੀ ਅੱਛਾ ਹੁਣ ਤੁਹਾਨੂੰ ਇਮਰਾਨ ਖਾਨ 'ਤੇ ਕੋਈ ਤਵੱਕੋ ਹੈਗੀ ਆ ਇਮਰਾਨ ਖਾਨ 'ਤੇ ਤਵੱਕੋ ਤਾਂ ਪੂਰੇ ਪਾਕਿਸਤਾਨ ਨੂੰ ਹੋ ਗਈ ਆ ਉਹਨੇ ਤਾਂ 4 ਗੱਲਾਂ ਕਹਿ ਕੇ ਪੂਰੇ ਪਾਕਿਸਤਾਨ ਨੂੰ ਜਿੱਤ ਲਏ ਜਿਹੜਾ ਉਹਨੇ ਤਕਰੀਰ ਕੀਤੀ ਵਾਹ 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 ਚਾਚਾ ਜੀ ਵਾਕਈ ਵੱਡੀ ਗੱਲ ਤੁਸੀਂ ਕੀਤੀ ਅੱਛਾ ਚਾਚਾ ਜੀ ਇਹ ਦੱਸੋ ਇੱਕ ਗਾਣਾ ਵਾ ਤੁਸੀਂ ਗਾਣੇ ਗੁਣੇ ਸੁਣੇ ਪੁਰਾਣੇ ਮੈਡਮ ਨੂਰ ਜਾਂ ਦੇ ਲਤਾ ਰਫੀ ਦੇ ਸੁਣਦੇ ਹੋਗੇ ਅਤੇ ਸ਼ੌਕ ਹਰ ਬੰਦੇ ਨੂੰ ਹਾਂਜੀ ਹੁੰਦੇ ਇੱਕ ਐਸਾ ਗਾਣਾ ਵਾ ਜਿਹੜਾ ਪੂਰੀ ਦੁਨੀਆ 'ਚ ਗਾਇਆ ਜਾਂਦਾ ਉਹੀ ਉਹਦੀ ਸ਼ਾਇਰੀ ਉਹੀ ਤਰਦਾ ਬਿਲਕੁਲ ਉੱਦਾਂ ਹੀ ਸੇਮ ਉਹ ਪੂਰੀ ਦੁਨੀਆ 'ਚ ਗਾਇਆ ਜਾਂਦਾ ਜਪਾਨ ਵਾਲੇ ਵੀ ਅਮਰੀਕਾ ਵਾਲੇ ਵੀ ਆਸਟ੍ਰੇਲੀਆ ਵਾਲੇ ਵੀ ਪਾਕਿਸਤਾਨ ਵਾਲੇ ਵੀ ਇੰਡੀਆ ਵਾਲੇ ਵੀ ਨਿਊਜ਼ੀਲੈਂਡ ਵਾਲੇ ਸਾਰੇ ਹੀ ਗਾਉਂਦੇ ਨੇ ਉਹ ਘਰਾਂ ਘਰਾਂ 'ਚ ਗਾਇਆ ਜਾਂਦਾ ਕਿਹੜਾ ਗਾਣਾ ਜਿਹਦਾ ਮੈਡਮ ਦਾ ਜਾਂ ਮੈਡਮ ਦਾ ਹੁਣ ਗੋਰਿਆਂ ਨੇ ਕਾਲਿਆਂ ਨੇ ਹਬਸ਼ੀਆਂ ਨੇ ਕਿੱਥੇ ਸੁਣਨਾ ਅਤੇ ਹੁਣ ਸਾਨੂੰ ਤਾਂ ਫਿਰ ਇੱਦਾਂ ਨਹੀਂ ਪਤਾ ਲੱਗ ਸਕਦਾ ਵੀ ਸਾਰਿਆਂ ਨੂੰ ਪਤਾ ਉਹਦੇ ਮਤਲਬ ਦਾ ਵੀ ਸਾਰਿਆਂ ਨੂੰ ਪਤਾ ਹੈ ਵੀ ਗਾਣਾ ਵਾ
ਹੈ ਵੀ ਗਾਣਾ ਵਾ ਮਤਲਬ ਦਾ ਵੀ ਸਾਰਿਆਂ ਨੂੰ ਪਤਾ ਮੈਨੂੰ ਨਹੀਂ ਪਤਾ ਇਹ ਕਿੱਦਾਂ ਹੋ ਸਕਦਾ ਤੁਹਾਨੂੰ ਪਤਾ ਮੈਂ ਦੱਸਾਂ ਤੁਹਾਨੂੰ ਗਾਣਾ ਕਿਹੜਾ ਉਹ ਲਓ ਜੀ ਉਹ ਗਾਣਾ ਤੈਨੂੰ ਪਤਾ ਨਹੀਂ ਗਾਣਾ ਦੱਸੋ ਬੇਟਾ ਕੈਸਾ ਫਿਰ ਉਹ ਗਾਣਾ ਹੈਗਾ ਜੀ ਹੈਪੀ ਬਰਥਡੇ ਟੂ ਯੂ ਸਾਲਗਿਰਾ ਦਾ ਕੰਮ ਆ ਤੂੰ ਗਾਣਾ ਸਾਨੂੰ ਕਿਹੜੇ ਕਦੇ ਸੌਂਗ ਆ ਉਹ ਸੌਂਗ ਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਇਹ ਪੂਰੀ ਦੁਨੀਆ ਚ ਗਾਇਆ ਜਾਂਦਾ ਉਹ ਜੀ ਤਰਸ ਤੇ ਚੇਂਜ ਹੋ ਜਾਂਦੀ ਨਾ ਹੁਣ ਜਿਹੜੇ ਅੰਗਰੇਜ਼ ਨਹੀਂ ਇਹੀ ਤਰਸ ਆ ਅੰਗਰੇਜ਼ ਤੇ ਆਪਣੇ ਹੈਪੀ ਬਰਥਡੇ ਟੂ ਯੂ ਆਪਣੀ ਚੀਫ ਜਸਟਿਸ ਸਾਹਿਬ ਨੇ ਕਿਹਾ ਕਿ ਚਾਚੇ ਕੋਲ ਆਦਮੀ ਜਾਣਾ ਮੇਰਾ ਨਾਂ ਲੈਣਾ ਬਗਾਇਆ ਤੁਸੀਂ ਸਾਨੂੰ ਸੌ ਲੈਣ ਦੋ ਆਪਣੇ ਸਾਡੇ ਆਉਣ ਵਾਲੀਆਂ ਨਸਲਾਂ ਦੇ ਕੰਮ ਆਉਣੇ ਨੇ ਅਸੀਂ ਤੇ ਅੱਲਾ ਦੇ ਨਾਂ ਤੋਂ ਜਿੱਤੇ ਆ ਨਾ ਵੀ ਅੱਲਾ ਦੇ ਰਸਤੇ ਤੇ ਲੱਗ ਜਾਣੇ ਆ ਤੇ ਮੌਲਾ ਦੇ ਕੰਮ ਆ ਨਾ ਮੌਲਾ ਪੰਜ ਚੀਫ ਜਸਟਿਸ ਸਾਹਿਬ ਨੇ 10 ਲੱਖ ਰੁਪਇਆ ਦਿੱਤਾ ਆਪ ਤੇ ਫਿਰ ਉਹਨਾਂ ਨੇ ਕਿਹਾ ਹੁਣ ਮੇਰੀ ਕੌਮ ਦਵੇ ਸਾਨੂੰ ਹਿੰਮਤ ਦਵੇ ਅਸੀਂ 10 ਕਰੋੜ ਦੇ ਦੀ ਤੁਹਾਡੇ ਨੂੰ ਇਹੀ ਸਾਡਾ 10 ਕਰੋੜ ਆ ਥੈਂਕ ਯੂ ਲਓ ਚਾਚੇ ਸੌ ਜਾਓ ਫਿਰ ਪਹਿਲੇ ਗੱਲ ਦੇਖੋ ਲੋਕੀ ਲਾਗੇ ਖੜੇ ਨੇ ਬਿਜ਼ੀ ਕੌਮ ਆ ਇਹਨਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਕੁਛ ਇਹਨਾਂ ਦੀ ਇੰਨੀ ਪੜ੍ਹਾਈ ਪੜ੍ਹੇ ਲਿਖੇ ਨਹੀਂ ਹੈਗੇ ਹੁਣ ਇੱਕ ਬੰਦੇ ਨੇ 50 ਰੁਪਏ ਦੇਣ ਉਹ ਕਿੱਥੇ ਜਾਵੇ ਦੇਣ ਮੈਂ ਇਸ ਤੋਂ ਕਹਿ ਰਿਹਾ ਕਿ ਮੈਂ ਹਰ ਸੋਚ ਇਕੱਠੇ ਕਰਕੇ ਤੇ ਜਨਾਬ ਮੈਂ ਉੱਥੇ ਪਹੁੰਚਾਵਾਂਗਾ ਤਾਂ ਕਿ ਸਾਰਿਆਂ ਦਾ ਹਿੱਸਾ ਪਵੇ ਭਾਵੇਂ 20 ਰੁਪਏ 10 ਰੁਪਏ 50 ਰੁਪਏ ਜਿੰਨੇ ਵੀ ਹੁਣ ਦਿਓ ਜੀ ਬਿਸਮਿਲਲਾ ਕਿੰਨੇ ਪੈਸੇ ਦੇਣਾ ਚਾਹੁੰਦੇ ਤੁਸੀਂ ਸਾਨੂੰ 200 ਰੁਪਏ ਲਓ 800 ਰੁਪਏ ਤੋਂ ਵਾਪਸ ਸਭ ਤੋਂ ਹਾਈਐਸਟ ਜਿਹੜਾ ਬੰਦਾ 4 5 ਚਲੋ ਜਨਾਬ ਠੀਕ ਹੈ ਥੈਂਕ ਯੂ ਬੜੀ ਖੁਸ਼ੀ ਹੋਈ ਲਓ ਜੀ ਇਹ ਸਾਡਾ ਵੈਸੇ ਤੁਸੀਂ ਹਲਕਾ ਕਰਤਾ ਦੱਤੀ ਜੀ ਤੂੰ ਇਹਦੇ ਚ ਆਪਣਾ 675 ਹੋਰ ਪਾ ਕੋਲੋਂ ਤੇ 2000 ਪੂਰਾ ਹੋਣਾ ਲਓ ਜੀ ਨਾਜ਼ਰੀਨ ਅਗਲੇ ਪ੍ਰੋਗਰਾਮ ਚ ਫਿਰ ਲੈ ਜੀ ਨਾਜ਼ਰੀਨ 1110 ਰੁਪਏ ਜਾਂ 1300 ਜਿਤਨੇ ਵੀ ਥੇ ਬਰਲ ਵੈਸੇ ਹੀ ਹੈ ਵੋ ਪੈਸੇ ਇਕੱਠੇ ਔਰ ਯਕੀਨ ਕਰੇ ਕਿ ਲੋਗੋ ਨੇ ਇਤਨੀ ਮੁਹੱਬਤ ਸੇ ਇਤਨਾ ਆਗੇ ਹੋ ਕੇ ਮੁਝੇ ਉਹਨਾਂ ਨੇ ਪੈਸੇ ਦੀਏ ਕਿ ਮੇਰੀ ਸੋਚ ਵੀ ਨਹੀਂ ਮੁਝੇ ਇਹ ਥਾ ਕਿ ਮੈਨੂੰ ਮੰਗਣੇ ਪੈਣੇ 10-10, 20-20 ਲੇਕਿਨ ਮੈਂ ਮਤਲਬ ਹੈਰਾਨ ਰਹਿ ਗਿਆ ਕਿ ਇੱਦਾਂ ਮੈਂ ਇੱਕ ਬੰਦੇ ਕੋਲ ਪੈਸੇ ਮੰਗ ਰਿਹਾ ਦੂਸਰਾ ਪਰੇ ਖੜਾ ਨਜ਼ਰ ਨਹੀਂ ਆ ਰਿਹਾ ਜਦੋਂ ਮੈਂ ਉਹਦੇ ਕੋਲ ਗਿਆ ਤਾਂ ਉਹਨੇ ਪਹਿਲਾਂ ਹੀ ਪੈਸੇ ਕੱਢ ਕੇ ਹੱਥ ਫੜੇ ਔਰ ਮੈਂ ਹਿਸਾਬ ਲਾ ਰਿਹਾ ਕਿ ਮੈਂ ਸਿਰਫ ਇੱਕ ਛੋਟੇ ਜਿਹੇ ਮਤਲਬ ਇੱਕ ਏਰੀਏ ਦੇ ਵਿੱਚ ਬਿਲਕੁਲ ਛੋਟੀ ਜਿਹੀ ਜਗ੍ਹਾ 'ਤੇ ਜਿੱਥੇ ਕੋਈ 20-25-30 ਬੰਦੇ ਸੀ ਉਹਨਾਂ ਦੇ ਕੋਲੋਂ ਇੰਨੇ ਪੈਸੇ ਇਕੱਠੇ ਹੋ ਗਏ ਤਾਂ ਮੈਂ ਸੋਚਿਆ ਕਿ ਹੁਣ ਮੈਂ ਦਿਨ ਦੇ ਟਾਈਮ 1,00,000 ਰੁਪਇਆ ਇਕੱਠਾ ਕਰਨਾ ਬਸ ਤੁਸੀਂ ਮੇਰੇ ਨਾਲ ਰਹਿਣਾ ਇਨਸ਼ਾਅੱਲਾ ਤਾਲਾ ਔਰ 1-1 ਰੁਪਇਆ ਬੈਂਕਾਂ ਦੇ ਵਿੱਚ ਜਾਏਗਾ ਉਹਦੀਆਂ ਰਸੀਦਾਂ ਮੈਂ ਲੋਕਾਂ ਦਾ ਹਾਵਾਂਗਾ ਔਰ ਮੈਂ ਡੈਮ ਕੁਛ ਨਹੀਂ ਨਾ ਤਾਂ ਮੈਂ ਡੈਮ ਨੂੰ ਰੰਗ ਹੋਣਾ ਉਹਦੇ ਇੱਕ ਤਾਂ ਪੈਸੇ ਮੈਂ ਇਕੱਠੇ ਕਰ ਹੀ ਦਿਆਂਗਾ ਜਾਂ ਡੈਮ ਦੀਆਂ ਕੁਛ ਇੱਟਾਂ ਜਿਹੜੀਆਂ ਉਹ ਤਾਂ ਮੈਂ ਜਾਂ ਕੋਈ ਸੀਮਟ ਜਾਂ ਕੋਈ ਚਲੋ ਮਜ਼ਦੂਰਾਂ ਦੀ ਹਫ਼ਤੇ ਕੁ ਦੀ ਦਿਹਾੜੀ ਉਹ ਤਾਂ ਮੈਂ ਕੱਢ ਹੀ ਦਿਆਂਗਾ ਕਿਸੇ ਹਿਸਾਬ ਨਾਲ ਜੋ ਮਰਜ਼ੀ ਹੋਵੇ ਨਾਜ਼ਰੀਨ ਲਓ ਨਾਜ਼ਰੀਨ ਪ੍ਰੋਗਰਾਮ ਕਾ ਵਕਤ ਖਤਮ ਹੋਆ ਚਾਹਤਾ ਯਾਰ ਖਤਮ ਹੋਆ ਚਾਹਤਾ ਹੈ ਮੇਰੀ ਹਰ ਵਾਰੀ ਟੈਨਸ਼ਨ ਹੁੰਦੀ ਮੈਨੂੰ ਇਹ ਕੀ ਲਫ਼ਜ਼ ਆ ਖਤਮ ਹੋਆ ਚਾਹਤਾ ਹੈ ਪ੍ਰੋਗਰਾਮ ਕਾ ਵਕਤ ਖਤਮ ਹੋ ਚੁੱਕਾ ਹੈ ਇਹ ਠੀਕ ਆ ਪ੍ਰੋਗਰਾਮ ਇਹ ਮੈਂ ਸੁਣਿਆ ਸੀ ਕਿਤੇ ਮੈਂ ਵੀ ਉਹੀ ਕਾਪੀ ਕਰਨ ਲੱਗ ਪਿਆ ਕਿਉਂਕਿ ਐਡਾ ਮੈਂ ਪੜ੍ਹਿਆ ਲਿਖਿਆ ਤਾਂ ਆਇਆ ਨਹੀਂ ਨਾਜ਼ਰੀਨ ਪ੍ਰੋਗਰਾਮ ਕਾ ਵਕਤ ਖਤਮ ਹੋ ਚੁੱਕਾ ਹੈ ਅਗਲੇ ਪ੍ਰੋਗਰਾਮ ਤੱਕ ਲਈ ਜਾਨੀ ਕੋ ਦੀਜੀਏ ਇਜਾਜ਼ਤ ਆਪਣਾ ਬਹੁਤ ਬਹੁਤ ਖਿਆਲ ਰੱਖੀਏ ਔਰ ਇਹ ਸਿਰਫ ਇਮਰਾਨ ਖਾਨ ਸਾਹਿਬ ਕੀ ਅਬ ਡਿਊਟੀ ਨਹੀਂ ਹੈ ਜਾਂ ਜੋ ਵੀ ਵਜ਼ੀਰ ਆਜ਼ਮ ਬਣ ਜਾਏ ਚਾਹੇ ਜੋ ਵੀ ਵਜ਼ੀਰ ਆਜ਼ਮ ਬਣ ਜਾਏ ਸ਼ਬਾਜ਼ ਸ਼ਰੀਫ ਸਾਹਿਬ ਬਣ ਜਾਏ ਇਮਰਾਨ ਖਾਨ ਬਣ ਜਾਏ ਬਲਾਵਲ ਭੁੱਟੋ ਸਾਹਿਬ ਬਣ ਜਾਏ ਇਹ ਸਿਰਫ ਅਬ ਉਨਕੀ ਜ਼ਿੰਮੇਦਾਰੀ ਨਹੀਂ ਹੈ ਕਿ ਮੁਲਕ ਕੋ ਠੀਕ ਰੱਖਣਾ ਹਮਾਰੀ ਵੀ ਕੁਛ ਥੋੜ੍ਹੀ ਥੋੜ੍ਹੀ ਜ਼ਿੰਮੇਦਾਰੀ ਹਮਾਰੇ ਇਰਦ ਗਿਰਦ ਹਮਾਰੇ ਜੋ ਮਤਲਬ ਮਸਾਇਲ ਹਮੇ ਵੀ ਚਾਹੀਏ ਇੱਕ ਦੂਸਰੇ ਸੇ ਮੁਹੱਬਤ ਕਰੇ ਔਰ ਕੁਛ ਦੇਖੇ ਥੋੜ੍ਹਾ ਬਹੁਤ ਕਿ ਹਮ ਇਸ ਮੁਲਕ ਕੇ ਲਈ ਅਬ ਕਿਆ ਕਰ ਸਕਦੇ ਹੈ ਸਿਰਫ ਇਹ ਨਹੀਂ ਕਿ ਅਗਰ ਇਮਰਾਨ ਖਾਨ ਵਜ਼ੀਰ ਆਜ਼ਮ ਬਣ ਗਏ ਤਾਂ ਉਹਨਾਂ ਨੇ ਕਿਹਾ ਮੈਂ ਇਹ ਕਰ ਦਿਆਂਗੇ ਅਤੇ ਉਹਨਾਂ ਦੇ ਅਸੀਂ ਮਤਲਬ ਰਹੀਏ ਆਸਤੇ ਸਾਨੂੰ ਵੀ ਕੁਛ ਥੋੜ੍ਹਾ ਜਿਹਾ ਹਿੱਸਾ ਪਾਉਣਾ ਚਾਹੀਦਾ ਕਿਸੇ ਵੀ ਕੰਮ ਦੇ ਵਿੱਚ ਬਿਹਤਰੀ ਕਰਨੀ ਚਾਹੀਦੀ ਆਪਣੀ ਲਾਈਫ ਆਪਣਾ ਆਲੇ ਦੁਆਲੇ ਵਾਲਾ ਨਿਜ਼ਾਮ ਘਰ ਦਾ ਨਿਜ਼ਾਮ ਗਲੀਆਂ ਮੁਹੱਲਿਆਂ ਦਾ ਨਿਜ਼ਾਮ ਜੋ ਅਸੀਂ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ ਜਿਹੜਾ ਅਸੀਂ ਇਗਨੋਰ ਕਰ ਦਿੰਦੇ ਤਾਂ ਫਿਰ ਇਹ ਮੁਲਕ ਠੀਕ ਹੋਏਗਾ ਇਕੱਠੇ ਆਪਾਂ ਕਰਾਂਗੇ ਤੇ ਠੀਕ ਹੈ ਨਾਜ਼ਰੀਨ ਅਗਲੇ ਹਫ਼ਤੇ ਲਈ ਇਜਾਜ਼ਤ ਦਿਓ ਨਾਜ਼ਰੀਨ ਅਸਲਾਮ ਅਲੈਕੁਮ